ਸਿੰਘ ਜੀ ਕਹਿੰਦੇ ਨੇ ਵੀ ਜਿਹੜੀ ਵੀ ਟੀਮ ਇਸ ਮੈਚ ਦੇ ਵਿੱਚੋਂ ਜਿੱਤ ਗਈ ਜਿੰਦਰ ਕੌਣ ਹੈ? ਸੋ ਜਿੰਦਰ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਦੀਪੂ ਜੀ ਔਰ ਡਾਕਟਰ ਬੇਅੰਤ ਜੀ ਔਰ ਇਹਨਾਂ ਦੇ ਵੱਲੋਂ ਜਿਹੜਾ 100-100 ਰੁਪਈਆ ਹੋਵੇਗਾ ਜਿਹੜੀ ਵੀ ਟੀਮ ਇਸ ਮੈਚ ਦੇ ਵਿੱਚੋਂ ਜਿੱਤੇਗੀ। ਕਹਿੰਦੇ ਨੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵਸਦੀ ਹੈ ਕੌਡੀ, ਪੰਜਾਬੀਆਂ ਨੇ ਅੱਜ ਕੌਡੀ ਦਾ ਇੰਨਾ ਕੋ ਮੁੱਲ ਪਾ ਦਿੱਤਾ ਕਿ ਪੰਜਾਬ ਹੀ ਨਹੀਂ ਹਿੰਦੁਸਤਾਨ ਹੀ ਨਹੀਂ ਵਰਲਡ ਦੇ ਪੂਰੇ ਪੰਜ ਮਹਾਂਦੀਪਾਂ ਦੇ ਵਿੱਚ ਪੰਜਾਬੀਆਂ ਦੀ ਕੌਡੀ ਦਾ ਕਹਿੰਦੇ ਨੇ ਸਿਰ ਜਿਹੜਾ ਉੱਚਾ ਹੋ ਗਿਆ। ਐਵੇਂ ਨਹੀਂ ਨਾਰਵੇ ਦੇ ਵਿੱਚ ਅੱਜ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜੇ ਮੁਕਾਬਲੇ ਚੱਲਦੇ ਨਜ਼ਰ ਹੀ ਆ ਜਾਂਦੇ ਨੇ, ਪਰ ਆਹ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਖੁਕਰਾਣੇ ਪਿੰਡ ਦੇ ਵਿੱਚ ਘੜਕੇ ਦੀ ਧਰਤੀ ਤਰਨ ਤਰਨ ਵਾਲਾ ਸਫੀ ਇੱਕ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਹਾਂਜੀ, ਅਗਲੇ ਮੈਚ ਦੀਆਂ ਟੀਮਾਂ ਝੰਡਿਆਣਾ ਵਰਸਸ ਖੁਖਰਾਣਾ, ਇਹ ਦੋਵੇਂ ਟੀਮਾਂ ਵੀ ਸੈਮੀਫਾਈਨਲ ਵਾਸਤੇ ਤਿਆਰ ਰਹਿਣ ਜੀ। ਝੰਡਿਆਣਾ ਵਰਸਸ ਖੁਖਰਾਣਾ, ਕਿਆ ਬਾਤਾਂ ਨੇ ਆਪਣੇ ਸਮੇਂ ਦੇ ਵਿੱਚ। ਕਹਿੰਦੇ ਨੇ ਤੇਜ ਵਰਗਿਆਂ ਨੇ ਇਸ ਪਿੰਡ ਦੇ ਲਈ, ਕਾਕੇ ਵਰਗਿਆਂ ਨੇ ਮੇਰੇ ਕੋਲ ਬਹੁਤ ਸੋਹਣੀ ਕਬੱਡੀ ਦੀ ਗੱਲ ਕੀਤੀ, ਉਧਰਲੇ ਪਾਸੇ ਸਾਡੀ ਜ਼ਿੰਦਗੀ ਦਾ ਮਿੱਤਰ ਬਿੱਲਾ, ਔਰ ਅੱਜ ਕੱਲ੍ਹ ਕਹਿੰਦੇ ਨੇ ਵੀ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਜ਼ਰ ਹੀ ਆ ਜਾਂਦੇ ਨੇ। ਸੋ ਚੱਲ ਨਾਈ ਉਹਨਾਂ ਪਾਗ ਲਿਖਾਉਂਦੀ, ਕਹਿੰਦੇ ਨੇ ਖੇਡ ਕਬੱਡੀ ਫੁਰਤੀ ਦੀ ਹੈ, ਅੱਜ ਮੇਰੇ ਕੋਲ ਫੁਰਤੀ ਦੇ ਨਾਲ ਕੌਣ ਕਿਹਨੂੰ ਟੱਚ ਮਾਰੇਗਾ ਆਉਣ ਵਾਲਾ ਸਮਾਂ ਦੱਸੇਗਾ। ਭਾਈਆਂ ਦੀ ਗੱਲ ਕਹਿੰਦੇ ਨੇ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅੱਜ ਸਕੇ ਭਾਈਆਂ ਦੇ ਨਾਲੋਂ ਵੱਧ ਕੇ ਪਿਆਰ ਹੁੰਦਾ ਖਿਡਾਰੀਆਂ ਦਾ, ਔਰ ਆਹ ਖਿਡਾਰੀ ਸਹਿਬਲ ਦੀ ਧਰਤੀ ਦਾ ਜਿੱਥੋਂ ਦਾ ਗੋੜਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਮਰਾਲੇ ਦੇ ਵਿੱਚ ਟੌਪ ਦਾ ਜਾਫੀ ਉਸੇ ਪਿੰਡ ਵਾਲੇ ਨੇ ਇੱਕ ਅੰਕ ਅੱਜ ਧੂੜਕੋਟ ਦੇ ਲਈ ਜੋੜ ਦਿੱਤਾ। ਹਾਂਜੀ, ਨਛੱਤਰ ਸਿੰਘ ਸੈਕਟਰੀ ਦਾ ਬੇਟਾ, ਜਿੱਥੇ ਵੀ ਕਿਤੇ ਹੋਵੇ ਉਹ ਇੱਥੇ ਸਾਡੇ ਕੋਲ ਸਟੇਜ ਤੇ ਆਵੇ। ਨਿੰਮੇ ਦੇ ਵੱਲੋਂ ਧੂੜਕੋਟ ਦੀ ਟੀਮ ਦੇ ਐਸ ਹੈਪੀ ਦੇ ਲਈ ਡਾਰਿਆ ਤੇਰੇ ਸਾਥੀ ਦੇ ਲਈ ਬੱਚੇ ਮਾਨ ਆ ਗਏ ਨੇ। ਨਿੰਮਾ ਜੀ ਇਹ ਪੈਸੇ ਜਿਹੜੇ ਤੁਸੀਂ ਪੁੱਜਦੇ ਕਰਦੇ ਹੋ ਖਿਡਾਰੀ ਦੇ ਸਿੱਧੇ, ਸੋ ਧੰਨਵਾਦ ਹੋਵੇਗਾ। ਪੰਜਾਬੀ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਆ ਦੇਖ ਲੈ ਮਾਝੇ ਵਾਲੇ, ਜਿਵੇਂ ਕਹਿੰਦੇ ਨੇ ਮਾਲਵੇ ਵਾਲੇ ਨੇ ਕੌਡੀ ਪਾਉਂਦੇ, ਮਾਝੀ ਨੇ ਫਿਰ ਜੱਫੇ ਲਾਉਂਦੇ, ਚਾਰੇ ਪਾਸੇ ਖੇਡਣ ਯਾਰੋ ਮੁੰਡੇ ਦੁਆਬੀਆਂ ਦੇ, ਆ ਕੌਡੀ 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 ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ, ਆ ਕੌਡੀ ਕੌਡੀ। ਇੱਕ ਅੰਕ ਜਿਹੜਾ ਮੇਰੇ ਕੋਲ ਮਾਲਵੇ ਦੇ ਲੁਧਿਆਣੇ ਜ਼ਿਲ੍ਹੇ ਦੇ ਜਗਰਾਵਾਂ ਤਹਿਸੀਲ ਦੇ ਰਸੂਲਪੁਰ ਪਿੰਡ ਦੇ ਐਸ ਜਾਫੀ ਨੇ ਆਪਣੀ ਟੀਮ ਦੇ ਲਈ ਜੋੜ ਲਿਆ। ਚੱਲ ਨਾਜਨ ਦਿਆਲਪੁਰਾ ਬਠਿੰਡੇ ਦੇ ਵਿੱਚ, ਜਿਵੇਂ ਕਹਿੰਦੇ ਨੇ ਉੱਧਰ ਆਲਮ ਵਾਲਾ ਮੋਗੇ ਦੇ ਵਿੱਚ ਤੇ ਦੀਨਾ ਸਾਹਿਬ ਮੇਰਾ ਖਿਆਲ ਆ ਵੀ ਮੋਗੇ ਦਾ, ਮੋਗੇ ਦੀ ਧਰਤੀ ਦੇ ਜਿਹੜੇ ਦੋ ਰੈਫਰੀ ਦੇ, ਔਰ ਇਧਰਲੇ ਪਾਸੇ ਕੱਲਾਂ ਵਾਲਾ ਲਕਸ਼ਮਣ ਬਹੁਤ ਹੀ ਸਤਿਕਾਰ ਦੇ ਯੋਗ ਸਾਡੇ ਅਫੀਸ਼ੀਅਲ ਭੂਮਿਕਾ ਦਾ ਕਰ ਰਹੇ ਨੇ ਵੱਡਾ ਧੰਨਵਾਦ। ਇਧਰਲੇ ਪਾਸੇ ਅਠੂਰ ਦੀ ਧਰਤੀ, ਅਠੂਰ ਦੀ ਧਰਤੀ ਦੀ ਦਾਤੀ ਮਸ਼ਹੂਰ ਹੈ ਕਿ ਹਾੜੀ ਵੱਢੂਗੀ ਬਰਾਬਰ ਤੇਰੇ ਤੇ ਦਾਤੀ ਨੂੰ ਲਵਾ ਦੇ ਘੁੰਗਰੂ, ਉਧਰਲੇ ਪਾਸੇ ਦਾਤੀ ਨੂੰ ਘੁੰਗਰੂ ਲੱਗਣ ਵਾਲੀ ਗੱਲ, ਪਰ ਅਠੂਰ ਦੀ ਧਰਤੀ ਦਾ ਆ ਹੁੰਦਾ ਇੱਕ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਅੱਜ ਪੁੱਤ ਬਣ ਕੇ ਹੇਰ ਤਾਂ ਕਹਿੰਦੋ ਜਿਵੇਂ ਕਹਿੰਦੇ ਨੇ ਰਸੂਲਪੁਰ ਦਾ, ਚੱਲ ਨਾਈ ਉਹਨਾਂ ਪਾਗਲੀ ਕੌਡੀ। ਸੋਨੀ ਗੱਭਰੂ ਦਾ ਨਾਂ ਮਸ਼ਹੂਰ ਹੈ ਦੁਨੀਆਂ ਦੇ ਵਿੱਚ, ਸੋਨੀ ਸੁਨੇਤਾ ਵਾਲਾ, ਸੋਨੀ ਕਹਿੰਦੇ ਨੇ ਵੀ ਫਕਰ ਝੰਡੇ ਦੀ ਧਰਤੀ ਦਾ, ਔਰ ਆਹ ਸੋਨੀ ਨੌਜਵਾਨ ਬਹਿਬਲ ਵਾਲਾ ਕਬੱਡੀ ਦੇ ਮੈਦਾਨ ਵਿੱਚ ਇੱਕ ਪਾਸੇ ਜਾਫੀ ਦੂਜੇ ਪਾਸੇ ਰੇਡਰ ਖੇਡ ਕਬੱਡੀ ਵਿੱਚ ਆਹ ਨੌਜਵਾਨ ਹੋਰਾਂ ਕੈਚ ਲੈ ਕੇ ਹੈ, ਕਹਿੰਦੇ ਨੇ ਉੱਤਮ ਜਫਾ ਲੱਗਦਾ ਹੋਇਆ ਕਿ ਬੁੱਲਿਆ ਇਸ਼ਕ ਦੀ ਲੰਮੀ ਖਜੂਰ ਹੈ, ਚੜ ਗਿਆ ਤਾਂ ਪੀਏਗਾ ਪ੍ਰੇਮ ਰਸ, ਡਿੱਗ ਪਿਆ ਤਾਂ ਚੱਕਣਾ ਚੂਰ ਹੈ, ਡਿੱਗ ਪਿਆ ਤਾਂ ਚੱਕਣਾ ਚੂਰ ਹੈ, ਅੰਕ ਜਾਫੀ ਦਾ। ਔਰ ਇਧਰਲੇ ਪਾਸੇ ਆਵਾਸੀਆਂ ਨਾਲ ਹੈ ਦਰਸ਼ਕਾ, ਕਿਆ ਬਾਤਾਂ ਨੇ, ਕਹਿੰਦੇ ਨੇ ਵੀ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਆਪੋ ਆਪਣੇ ਸਟਾਈਲ ਦੇ ਨਾਲ ਦਰਸ਼ਕ ਖੜੇ ਨੇ, ਕਿਸੇ ਨੇ ਦਾੜੀ ਨੂੰ ਹੱਥ ਪਾ ਕੇ ਹੈ ਮਿਰੜੋ ਕਹਿੰਦੇ ਨੇ ਆਪਣੀ ਖੁਰਕ ਕਰਦੇ ਨਜ਼ਰੀ ਆ ਜਾਂਦੇ ਨੇ, ਕੋਈ ਕਹਿੰਦੇ ਨੇ ਵੀ ਕਛਾਂ ਦੇ ਵਿੱਚ ਬਾਹਾਂ ਲਈ ਖੜੇ ਨੇ, ਔਰ ਕੋਈ ਮੁਛਾਂ ਦੇ ਉੱਤੇ ਹੱਥ ਫੇਰ ਗਿਆ, ਕਿਸੇ ਦੇ ਨਾਭੀ ਰੰਗ ਦੀ ਪੱਗ, ਔਰ ਕੋਈ ਖੱਟੇ ਰੰਗ ਦੀ ਪੱਗ, ਕਿਸੇ ਦੇ ਐਨਕਾਂ ਲੱਗੀਆਂ ਨੇ, ਕੋਈ ਚਾਨਣੀ ਦੇ ਥੱਲੇ ਤੇ ਕੋਈ ਧੁੱਪ ਦੇ ਵਿੱਚ ਖੜ ਕੇ ਸਾਰੇ ਆਨੰਦ ਲੈ ਰਹੇ ਹੋ ਮਾਂ ਖੇਡ ਕਬੱਡੀ ਦਾ। ਸਾਰੇ ਦਰਸ਼ਕਾਂ ਦਾ ਤੁਹਾਡਾ ਧੰਨਵਾਦ ਹੈ ਜਿੰਨੇ ਵੀ ਤੁਸੀਂ ਇਸ ਖੇਡ ਮੇਲੇ ਦੇ ਉੱਤੇ ਪੁੱਜੇ ਹੋ। ਅਗਲੀਆਂ ਟੀਮਾਂ ਝੰਡਿਆਣਾ ਵਰਸਸ ਖੁਖਰਾਣਾ, ਬਿਲਕੁਲ ਤਿਆਰ ਰਹਿਣ ਜੀ। ਝੰਡਿਆਲਾ ਤੇ ਖੁਖਰਾਣਾ ਦੀਆਂ ਟੀਮਾਂ, ਵੱਡੇ ਵੀਰ ਸਟੇਟ ਸੈਕਟਰੀ ਜੀ ਪਹਿਲਾਂ ਤੁਸੀਂ ਆਪਣਾ ਨਾਮ ਜ਼ਰੂਰ ਦੱਸ ਦਿਓ ਮੈਨੂੰ। ਸੰਤੋਖ ਰਾਮ। ਸੰਤੋਖ ਰਾਮ ਜੀ ਇੱਕ ਵਾਰੀ ਫੇਰ ਬੋਲ ਦੋ ਵੀ ਅਗਲਾ ਮੈਚ ਕਿਹਦਾ ਤੇ ਕਿੰਨੇ ਕਿਲੋ ਦਾ? ਝੰਡਿਆਣਾ ਪੱਛਮੀ ਵਰਸੇ ਖੁਖਰਾਣਾ। 70 ਕਿਲੋ ਵਰਗ ਦਾ ਸੈਮੀਫਾਈਨਲ? ਜੀ ਜੀ।
ਸੋ ਦੂਸਰੇ ਸੈਮੀਫਾਈਨਲ ਮੈਚ ਦੇ ਲਈ ਜਿਹੜੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਔਰ ਆ ਘੜਕੇ ਦੀ ਧਰਤੀ ਕਹਿੰਦੇ ਨੇ ਮਾਝੇ ਨੂੰ ਮਾਣ ਹੈ ਮੇਰੇ ਵੀਰੋ ਸੱਬੇ ਵਰਗੇ ਮੰਗੀ ਵਰਗੇ ਮਾਝੇ ਨੂੰ ਮਾਣ ਹੈ ਰਾਣੇ ਬੰਝ ਵਰਗੇ ਮਾਝੇ ਦੇ ਇਹ ਵੀਰੋ ਸੁਪਰ ਜਿਹੜੇ ਖਿਡਾਰੀ ਰਹੇ ਨੇ ਔਰ ਅੱਜ ਕੱਲ੍ਹ 70 ਕਿਲੋ ਵਰਗ ਦੇ ਵਿੱਚ ਸਫੀ ਦਾ ਨਾਂ ਚੱਲਦਾ ਨਜ਼ਰ ਹੀ ਆ ਜਾਂਦਾ ਪਿੰਡੀ ਬਲੋਚਾਂ ਦੀ ਧਰਤੀ ਦਾ ਹਰਪ੍ਰੀਤ ਸਿੰਘ ਕਹਿੰਦਾ ਵੀ ਇੱਕ ਬਾਂਹ ਦੇ ਉੱਤੇ ਇਸ਼ਾਰਾ ਲਾ ਕੇ ਗਰਾਊਂਡ ਦਾ ਮਿਰਜੋ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰੇਗਾ ਤਾੜੀਆਂ ਦੇ ਨਾਲ ਦੀਆਂ ਵੀ ਮਾਰਦੇ ਵੀ ਨੇ ਕਹਿੰਦੇ ਨੇ ਬਾਜ਼ੀਗਰਾਂ ਦੇ ਕਰਤਬ ਔਰ ਜਿਵੇਂ ਗੱਲਾਂ ਕਰਦੇ ਸਨ ਅੱਜ ਤੋਂ ਜੇ ਪਿਛਲੇ ਪਿਛੋਕਰ ਦੇ ਵੱਲ ਝਾਤੀ ਮਾਰੀਏ ਜਿਵੇਂ ਕਿ ਬੀਤ ਚੁੱਕੇ ਸਮੇਂ ਦੇ ਵਿੱਚ ਮਾਲਵੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਜੋੜਦਾ ਸੀ ਬਾਜ਼ੀਗਰਾਂ ਦਾ ਵਿਰਸਾ ਔਰ ਜਦੋਂ ਬਾਜ਼ੀਆਂ ਦੀ ਗੱਲ ਕਰਦੇ ਸਨ ਕਿ ਕੱਚੀਏ ਪੈਂਦੀ ਬਾਜ਼ੀ ਵੇ ਤੂੰ ਬਾਜ਼ੀ ਕਿਉਂ ਨਹੀਂ ਵੇਖਦਾ ਉਹਨਾਂ ਬਾਜ਼ੀਆਂ ਦੀ ਗੱਲ ਉਹਨਾਂ ਬਾਜ਼ੀਆਂ ਦੇ ਵਿੱਚ ਪੁੱਠੀਆਂ ਇਸ਼ਾਰਾ ਬਿਲਕੁਲ ਐਸੇ ਵਰਗੀਆਂ ਲੱਗਦੀਆਂ ਸਨ ਜਿਵੇਂ ਆਓ ਹੈਪੀ ਹਰਪ੍ਰੀਤ ਸਿੰਘ ਲਾਈ ਜਾਂਦਾ ਇਹਦੀਆਂ ਵੀ ਹੌਸਲਾ ਅਫਜ਼ਾਈ ਦੇ ਲਈ ਤਾੜੀਆਂ ਮਾਰਦੇ ਦਰਸ਼ਕੋ ਚੱਲ ਨਾਜ਼ਰ ਪਾ ਕੌਡੀਆਂ ਜਿਵੇਂ ਕਹਿੰਦੇ ਨੇ ਸ਼ਿੰਦਰਪਾਲ ਸਿੰਘ ਹਰਦਾਸੇ ਵਾਲਾ ਪਾਣੀ ਵਾਲਾ ਬਾਬਾ ਪਾਣੀ ਦੀ ਸੇਵਾ ਵਾ ਐਵੇਂ ਨੂੰ ਨਿਰਪੱਖ ਕਰ ਰਿਹਾ ਪਰ ਇਧਰਲੇ ਪਾਸੇ ਘੜਕੇ ਵਾਲਿਆ ਭਦਲਾ ਮਾਲਵੇ ਵਾਲਾ ਭੈੜਾ ਪੱਲੇ ਪੱਲੇ ਆਹ ਨਹੀਂ ਰਿਹਾ ਕਿ ਨਹੀਂ ਉਹ ਲੱਭਰੇ ਲਾਲ ਗੁਆਚੇ ਤੇ ਮਿੱਟੀ ਨਾ ਹਰੋਲ ਜੋਗੀ ਆ ਅੰਕ ਧਾਵੀ ਦਾ ਆ ਨਿਮਿਆ ਘੜਕੇ ਵਾਲੇ ਸਫੀ ਦੇ ਲਈ 50 ਰੁਪਏ ਸਾਡਾ ਨਿਮਾ ਟਹਿਣੇ ਵਾਲਾ ਨਿਮਾ ਟਹਿਣੇ ਵਾਲਾ ਜਿਹਨੇ ਕਹਿੰਦੇ ਨੇ ਭਾਊ ਦੇ ਨਾਲ ਜਾਣਿਆ ਜਾਂਦਾ ਵਾ ਵੀਰੇ ਚਿੜੀਏ ਹੋਰਾਂ ਦੇ ਨਾਲ ਕਾਲੇ ਹੋਰਾਂ ਦੇ ਨਾਲ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਸੋਹਣਾ ਖੇਡਿਆ ਜਸੇਦਾਰ ਨਿਰਮਲ ਸਿੰਘ ਜੀ ਕਹਿੰਦੇ ਨੇ ਵੀ 100 ਰੁਪਇਆ ਘੜਕੇ ਵਾਲੇ ਉਸ ਧਾਵੀ ਦੇ ਲਈ ਇੱਕ ਬੜੇ ਮਾਣ ਸਨਮਾਨ ਦੀ ਗੱਲ ਹੈ ਘੜਕੇ ਵਾਲੇ ਸਫੀ ਦੇ ਲਈ 100 ਰੁਪਇਆ ਜਸੇਦਾਰ ਨਿਰਮਲ ਸਿੰਘ ਜੀ ਵੱਲੋਂ ਪੁੱਜ ਗਿਆ ਚੱਲ ਨੌਜਵਾਨਾ ਪਾ ਅਗਲੀ ਕੌਡੀ ਸੋਨੀ ਨੌਜਵਾਨਾ ਇਧਰਲੇ ਪਾਸੇ ਕਹਿੰਦੇ ਨੇ ਮੱਥਾ ਟੇਕਿਆ ਮੁੰਡੇ ਦੇ ਹੱਥ ਜੋੜੇ ਲੱਗਿਆ ਰੱਬ ਨੂੰ ਧਿਆਉਣ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦੋ ਥਾਪੀ ਧਾਵੀ ਚੱਲਿਆ ਕੌਡੀਆਂ ਪਾਉਣ ਲੋਕੋ ਔਰ ਪੂਰੇ ਵਰਲਡ ਦੇ ਵਿੱਚ ਹੀ ਨਹੀਂ 205 ਕੰਟਰੀਆਂ ਨੇ ਪੂਰੇ ਵਰਲਡ ਦੇ ਵਿੱਚ ਔਰ ਪੰਜਾਬ ਲਾਈਵ ਨੰਬਰ 1 ਦੇ ਉੱਤੇ ਜਿਹੜਾ ਇੰਟਰਨੈਟ ਦੇ ਜ਼ਰੀਏ ਇਸ ਕਹਿੰਦੇ ਨੇ ਵੀ ਖੇਡ ਮੇਲੇ ਨੂੰ ਟੈਲੀਕਾਸਟ ਜਿਹੜਾ ਕੀਤਾ ਜਾ ਰਿਹਾ ਹੈ ਸਾਰੇ ਦਰਸ਼ਕ ਭਾਵੇਂ ਕੈਨੇਡਾ ਦੇ ਵਿੱਚ ਬੈਠੇ ਨੇ ਭਾਵੇਂ ਅਮਰੀਕਾ ਦੇ ਵਿੱਚ ਇੰਗਲੈਂਡ ਜਾਂ ਜਰਮਨੀ ਫਰਾਂਸ ਨਾਰਵੇ ਨਿਊਜ਼ੀਲੈਂਡ ਔਰ ਹਾਲੈਂਡ ਦੇ ਵਿੱਚ ਜਿੰਨੇ ਵੀ ਦਰਸ਼ਕ ਬੈਠੇ ਨੇ ਯੂਕੇ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜਸਵਿੰਦਰ ਆਸਾ ਬੁੱਟਰ ਦੀ ਫਤਿਹ ਹੈ ਮੇਰੇ ਵੀਰੋ ਪੰਜਾਬ ਜਿਵੇਂ ਕਹਿੰਦੇ ਨੇ ਲਾਈਵ ਨੰਬਰ 1 ਦੇ ਸਾਰੇ ਦਰਸ਼ਕਾਂ ਨੂੰ ਔਰ ਆ ਨੌਜਵਾਨ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਇੱਕ ਪਾਸੇ ਜਿਵੇਂ ਕਹਿੰਦੇ ਨੇ ਪਾਲ ਨਾਉ ਹੈ ਪਾਲ ਮਾਲੋ ਦੀ ਧਰਤੀ ਦਾ ਇਸ ਇਲਾਕੇ ਦਾ ਸੁਪਰ ਖਿਡਾਰੀ ਹੈ ਔਰ ਆ ਪਾਲ ਮੇਰੇ ਵੀਰੋ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅੱਜ ਰਸੂਲਪੁਰ ਵਾਲਾ ਜਿਵੇਂ ਕਹਿੰਦੇ ਨੇ ਚੜ ਗਈ ਜਵਾਨੀ ਅਤੇ ਗੱਭਰੂ ਤੇ ਅਥਰੀ ਖੇਡ ਕਬੱਡੀ ਵਿੱਚ ਅੱਜ ਮੇਰੇ ਵੀਰੋ ਐਸੋ ਤਰ੍ਹਾਂ ਦੀ ਅਥਰੀ ਜਵਾਨੀ ਜਦੋਂ ਚੜ ਜਾਂਦੀ ਹੈ ਤੇ ਪੱਬਾਂ ਥੱਲੇ ਭੁਚਾਲ ਆ ਜਾਂਦਾ ਭੁਚਾਲ ਜਦੋਂ ਪੱਬਾਂ ਥੱਲੇ ਆ ਜਾਵੇ ਤੇ ਕਹਿੰਦੇ ਨੇ ਵੀ ਚੱਲ ਵੀ ਨਾ ਆਉਣਾ ਪਾ ਅਗਲੀ ਕਬੱਡੀ ਸੰਤੋਖ ਜੀ ਕਹਿੰਦੇ ਨੇ ਮਾਇਕ ਜਿਹੜਾ ਆਫ ਹੀ ਰੱਖਿਆ ਜਾਵੇ ਤਾਂ ਬਿਹਤਰ ਹੋਵੇਗਾ ਔਰ ਅਗਲੀ ਕਬੱਡੀ ਮੈਦਾਨ ਦੇ ਵਿੱਚ ਚੱਲ ਆਉਣਾ ਇੱਕ ਪਾਸੇ ਘੜਕੇ ਦੀ ਧਰਤੀ ਤਰਨ ਤਾਰਨ ਵਾਲਾ ਮਾਝੇ ਦਾ ਮਦੈਲ ਗੱਭਰੂ ਦੂਜੇ ਪਾਸੇ ਮਾਲਵੇ ਵਾਲੇ ਅੱਜ ਕਹਿੰਦੇ ਨੇ ਵੀ ਜੇ ਹੱਥਾਂ ਨੂੰ ਫੁੱਕ ਲਾ ਲੈ ਕਲੀ ਲਾ ਲੈ ਨਿਕਲਣਾ ਸੋਕਾ ਜਾਵੇ ਪੱਲੇ ਪੱਲੇ ਕਰਾ ਦੇ ਆ ਦੇਖ ਲੈ ਨਹੀਂ ਰੀਫਾ ਉਹ ਸਾਡਾ ਕੰਮ ਹੁੰਦਾ ਪੰਪ ਮਾਰ ਕੇ ਸਿੰਘ ਫਸਾਉਣਾ ਤੇ ਨਿਤਰਨਾ ਤੁਹਾਡਾ ਕੰਮ ਹੈ ਅੰਕ ਧਾਵੀ ਦਾ ਸਫੀਪੁਰ ਸਫੀ ਦਾ ਘੜਕੇ ਵਾਲੇ ਦਾ ਸੋ ਛੋਟਾ ਜਾਏ ਨੌਜਵਾਨ ਹਰਪ੍ਰੀਤ ਸਿੰਘ ਜਿਹੜਾ ਗੇੜਾ ਲਾਵੇਗਾ ਜਨਤਾ ਦੀ ਕਚਹਿਰੀ ਦੇ ਵਿੱਚ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਜਿਹੜੇ ਦਰਸ਼ਕੋ ਤੁਸੀਂ ਕਰਨੀ ਹੈ ਜਿਹਨੇ ਮਨੋਰੰਜਨ ਕੀਤਾ ਸੋ ਪੁੱਠੀਆਂ ਇਸ਼ਾਰਾ ਲਾ ਕੇ ਪਰ ਇਧਰਲੇ ਪਾਸੇ ਜਿਵੇਂ ਕਹਿੰਦੇ ਨੇ ਮਾਲ ਖੇਡ ਕਬੱਡੀ ਦੀ ਗੱਲ ਇਹ ਅੰਕ ਜਿਹੜਾ ਧਾਵੀ ਦਾ ਚੱਲ ਵੀ ਨਾ ਆਉਣਾ ਨਾਭੀ ਰੰਗ ਦੀ ਪੱਟੀ ਜਿਵੇਂ ਕਹਿੰਦੇ ਨੇ ਛੋਟੀ ਉਮਰੇ ਪਾਲ ਲੰਗੋਟੀ ਕੋਦਿਆ ਵਿੱਚ ਮੈਦਾਨੀ ਟਾਂਡੀ ਵਾਲਾ ਫਿੱਡੂ ਟਾਲਿਆ ਚੜ੍ਹਗੀ ਜਦੋਂ ਜਵਾਨੀ ਤਿੰਨ ਵਾਰੀ ਤਾਂ ਜਾ ਕੇ ਜਿੱਤਿਆ ਕੱਪ ਟਰਾਂਟੋ ਵਾਲਾ ਐਵੇਂ ਨੀ ਜਰਨੈਲ ਕਹਾਉਂਦਾ ਗਾਜੀਆਂ ਦਾ ਕਾਲਾ ਅਮਨ ਸਟੂਡੀਓ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਖੁਖਰਾਣੇ ਵਾਲੇ ਜਿਹਨਾਂ ਦੀਆਂ ਕਹਿੰਦੇ ਨੇ ਵੀ ਸੇਵਾਵਾਂ ਨਿਰਪੱਖ ਚੱਲ ਰਹੀਆਂ ਨੇ ਮੈਦਾਨ ਦੇ ਵਿੱਚ ਔਰ ਜਿਵੇਂ ਕਹਿੰਦੇ ਨੇ ਅੱਜ ਵਿਸ਼ੇਸ਼ ਸਨਮਾਨ ਹੋਵੇਗਾ ਖੁਖਰਾਣੇ ਦੀ ਧਰਤੀ ਦੇ ਬੱਬੂ ਦਾ 70 ਕਿਲੋ ਵਰਗ ਦਾ ਸਵਰ ਖਿਡਾਰੀ ਹੈ ਨਾਲ ਮੇਰੇ ਕੋਲ ਖੀਰਾ ਖੁਖਰਾਣੇ ਵਾਲਾ 57 ਕਿਲੋ ਵਰਗ ਦਾ ਹਰਮੰਦਰ ਸਿੰਘ ਸਰਪ ਅਜੀਤ ਸਿੰਘ ਦੇ ਵੱਲੋਂ ਇਹਨਾਂ ਦੇ ਜਿਹੜੇ ਵਿਸ਼ੇਸ਼ ਸਨਮਾਨ ਹੋਣਗੇ ਖਿਡਾਰੀਆਂ ਦੇ ਨਾਲ ਚੱਲ ਨਾ ਪਾਗਲੀ ਕਾਢੀ
ਉਧਰਲੇ ਪਾਸੇ ਮਾਖੇੜ ਕਾਡੀ ਜਿਵੇਂ ਕਹਿੰਦੇ ਨੇ ਕਦੇ ਕਾਡੀ ਦੀ ਗੱਲ ਬਿੱਲਿਆ ਅੱਜ ਕਰੋੜ ਕਰੋੜ ਦੀ ਗੱਲ ਕਰਾਂਗਾ ਕਿ ਮਾਖੇੜ ਕਬੱਡੀ ਦੇ ਵਿੱਚ ਅੱਜ ਕਰੋੜਾਂ ਦੀ ਗੱਲ ਹੋ ਗਈ ਮੁੱਲਾ ਜਿਹੜੀਆਂ ਕਾਡੀ ਦੀਆਂ ਪੈਂਦੀਆਂ ਨੇ ਕੋਈ ਗੱਡੀ ਕੋਈ ਅਲਟੋ ਸਫਾਰੀਆਂ ਜਾਂ ਬੁਲਟਾਂ ਦੇ ਨਾਲ ਜਿਹੜੇ ਨਵਾਜੇ ਜਾਂਦੇ ਨੇ ਖਿਡਾਰੀ ਔਰ ਆਹ ਦੇਖ ਲੈ ਨਾਜੁਨ ਮਾਖੇੜ ਕਬੱਡੀ ਦੇ ਵਿੱਚ ਬਤਾਮਾ ਬਣਦਾ ਹੋਇਆ ਹਾਂਜੀ ਓਪਨ ਦੀਆਂ ਜਿਹੜੀਆਂ ਵੀ ਟੀਮਾਂ ਆ ਗਈਆਂ ਹਾਂਜੀ ਸਰ 5 ਮਿੰਟ ਦਿੱਤੇ ਜਾਂਦੇ ਆ ਜੀ ਉਹ ਟੀਮਾਂ ਸਾਡੇ ਕੋਲ ਐਂਟਰੀ ਕਰਵਾ ਜਾਣ ਜੇਕਰ ਉਹ 5 ਮਿੰਟ ਤੱਕ ਨਹੀਂ ਆਉਂਦੀਆਂ ਤਾਂ ਅਸੀਂ ਇਸ ਤੋਂ ਬਾਅਦ ਟੀਮਾਂ ਐਂਟਰ ਨਹੀਂ ਕਰਨੀਆਂ ਕਬੱਡੀ ਜਿਹੜੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਉਹ ਸਾਡੇ ਕੋਲ ਐਂਟਰ ਹੋ ਜਾਣ ਜੀ ਟੀਮਾਂ ਸਾਨੂੰ ਪਤਾ ਲੱਗਾ ਲੈ ਵੀ ਇੱਥੇ ਆਲੇ ਦੁਆਲੇ ਆ ਗਈਆਂ ਪਰ ਐਂਟਰ ਨਹੀਂ ਹੋ ਰਹੀਆਂ ਸੋ ਇੱਥੇ ਐਂਟਰੀਆਂ ਚੱਲ ਰਹੀਆਂ ਜੀ ਕਿਰਪਾ ਕਰਕੇ ਟੀਮਾਂ ਐਂਟਰ ਕਰਵਾਉਣ ਦੀ ਕਿਰਪਾਲਤ ਕਰਨੀ ਚਲਵੇ ਨਾ ਆਉਣ ਪਾ ਦੇ ਕਾਡੀਆਂ ਜਿਵੇਂ ਕਹਿੰਦੇ ਨੇ ਭਾਵੇਂ ਵਰਲਡ ਕਬੱਡੀ ਕੱਪ ਦੇ ਫੇਮਸ ਰੈਫਰੀਆਂ ਦੀ ਗੱਲ ਹੋਵੇ ਭਾਵੇਂ ਕਹਿੰਦੇ ਨੇ ਇਹਨਾਂ ਖਿਡਾਰੀਆਂ ਦੀ ਗੱਲ ਹੋਵੇ ਤੇ ਪਰ ਦਿਆਲਪੁਰ ਦੀ ਧਰਤੀ ਦੇ ਦੇਵ ਨੇ ਜਦੋਂ ਵਰਲਡ ਕਬੱਡੀ ਕੱਪ ਦੇ ਵਿੱਚ ਪਟਿਆਲੇ ਦੇ ਵਿੱਚ ਪਹਿਲੀ ਵਾਰ ਵਿਫਲ ਫੜੀ ਔਰ ਮਨ ਜਿਹੜਾ ਖੁਸ਼ੀ ਦੇ ਵਿੱਚ ਖੀਵਾ ਹੋ ਕੇ ਖਿਲਿਆ ਸੀ ਦੇਵ ਕਿ ਅੱਜ ਸਾਡੇ ਜ਼ਿੰਦਗੀ ਦਾ ਪਰਮਿੱਤਰ ਵਰਲਡ ਕੱਪ ਦੇ ਵਿੱਚ ਭੂਮਿਕਾ ਵਧੀਆ ਬਣ ਰਿਹਾ ਹੈ ਰੈਫਰੀਆਂ ਦੀਆਂ ਅੱਜ ਵੀ ਇੱਥੇ ਪਹੁੰਚਿਆ ਉਹਦਾ ਧੰਨਵਾਦ ਕਰਾਂਗੇ ਦੀਨੇ ਦੀ ਧਰਤੀ ਦਾ ਸੁਖਦੇਵ ਸਿੰਘ ਆਹ ਨੌਜਵਾਨ ਡਾਕਟਰ ਬੇਅੰਤ ਸਿੰਘ ਦੱਸਦੇ ਨੇ ਭਾਵੇਂ ਕਹਿੰਦੇ ਨੇ ਵੀ ਸਟਾਈਲ ਇਹਦਾ ਇੰਗਲਿਸ਼ ਲੋਕਾਂ ਵਰਗਾ ਭਾਵੇਂ ਕਹਿੰਦੇ ਨੇ ਨਿਊਜ਼ੀਲੈਂਡ ਵਾਂਗੂ ਕੈਪ ਜ਼ਿਆਦਾ ਪਹਿਨਦਾ ਔਰ ਡਾਕਟਰ ਬੇਅੰਤ ਸਿੰਘ ਕਹਿੰਦਾ ਵੀ ਰਸੂਲਪੁਰ ਸਮਾਜ ਦੇ ਵਿੱਚੋਂ ਜਿਵੇਂ ਕਹਿੰਦੇ ਨੇ 12.5 ਪੁਆਇੰਟ ਧੂੜਕੋਟ ਦੇ ਨੇ ਤੇ 20 ਪੁਆਇੰਟ ਜਿਹੜੇ ਰਸੂਲਪੁਰ ਦੇ ਨੇ ਇਹ ਸਮਾਜ ਦੇ ਵਿੱਚੋਂ 7.5 ਅੰਕਾਂ ਦੇ ਨਾਲ ਰਸੂਲਪੁਰ ਜੇਤੂ ਹਾਂਜੀ ਕਰਕੇ ਦੀ ਧਰਤੀ ਦਾ ਖਿਡਾਰੀ ਸੈਮੀ ਫਾਈਨਲ ਮੈਚ ਜਿਹੜਾ ਹੋਣਾ ਆਪਣਾ ਮਾਨ ਸਨਮਾਨ ਹਾਸਲ ਕਰੇ ਜਿਹੜਾ ਤੁਹਾਨੂੰ ਮੈਚ ਦੇ ਵਿੱਚ ਚੱਲਦੇ ਮੈਚ ਦੇ ਵਿੱਚ ਦਿੱਤਾ ਗਿਆ ਸਾਡੇ ਲਕਸ਼ਮਣ ਕਾਲੀ ਜੀ ਦੇ ਪਾਸੋਂ ਹਾਂਜੀ ਸੈਮੀ ਫਾਈਨਲ ਮੈਚ ਹੋਣ ਜਾ ਰਿਹਾ ਝੰਡਿਆਣਾ ਵਰਸ ਖੁਖਰਾਣਾ ਹਾਂਜੀ ਤਾਂ ਦੋਵਾਂ ਟੀਮਾਂ ਨੂੰ ਬੇਨਤੀ ਆ ਬਈ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਖੇਡਣਾ ਬਿਨਾਂ ਵੈਰ ਵਿਰੋਧ ਦੇ ਬਿਲਕੁਲ ਮੁਕਾਬਲੇ ਦੀ ਭਾਵਨਾ ਮੁਕਾਬਲੇ ਦੀ ਭਾਵਨਾ ਦਾ ਮਤਲਬ ਵੈਰ ਰੱਖਣਾ ਨਹੀਂ ਹੁੰਦਾ ਬਿਲਕੁਲ ਖੇਡ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਖੇਡ ਵਿਖਾਉਣੀ ਆ ਕਿਉਂਕਿ ਤੁਹਾਡੇ ਦੋਵਾਂ ਟੀਮਾਂ ਤੋਂ ਹੀ ਦਰਸ਼ਕਾਂ ਨੂੰ ਬਹੁਤ ਆਸਾਂ ਨੇ ਕਿ ਬਹੁਤ ਵਧੀਆ ਮੈਚ ਵਿਖਾਓਗੇ ਤੁਸੀਂ ਹਾਂਜੀ ਔਰ ਇਸ ਦਾ ਜਿਹੜਾ ਪੁਆਇੰਟ ਆ ਜੀ 19:30 ਦੇ ਉੱਤੇ ਫੈਸਲਾ ਹੋਏਗਾ ਜੀ ਹਾਂਜੀ ਅੰਗਰੇਜ਼ ਜੀ ਜਿਹੜੇ ਲਾਈਨ ਕੀਪਰ ਹੈਗੇ ਆ ਉਹ ਕਿਸੇ ਬਾਹਰਲੇ ਪਿੰਡ ਦੇ ਲਾਓ ਜੀ ਲਾਈਨ ਕੀਪਰ ਬਾਹਰਲੇ ਪਿੰਡ ਦੇ ਲਾਓ ਜੀ ਹਾਂਜੀ ਕਲੀ ਵਾਲੇ ਵੀਰ ਕਲੀ ਪਾਉਣ ਜੀ ਉੱਥੇ ਕਲੀ ਵਾਲਾ ਵੀਰ ਕਲੀ ਲੈ ਕੇ ਪਹੁੰਚੇ ਜੀ ਗਰਾਊਂਡ ਦੇ ਵਿੱਚ
हाँ जी, और जेकर हाँ जी रैफरी वीरां नूं भी बेनती है साडे वल्लों कि पूरा सोच विचार के कोई भी जिहड़ा फैसला दिता जाए पूरी सोच विचार दे नाल दिता जाए ताकि कोई किंतु परंतु ना होवे। हाँ जी सरदार ऊधम सिंह जी कलकत्ते वाले प्लीज वो भी पहुंचन जी उत्थे, सरदार ऊधम सिंह जी कलकत्ते वाले। हाँ जी फोटोग्राफर प्लीज दो मिनट। हाँ जी गुरदेव सिंह जी मैंबर तुसी भी पहुंचो जी, गुरदेव सिंह जी मैंबर प्लीज। हाँ जी रेफरी प्लीज ध्यान रखा। हाँ जी लाइन कीपर भाई जी अंग्रेज जी ला दो। ओके जी हाँ जी रेफरी ते जेड़े सेवा कर रहे हैं उन्होंने तो बगैर कोई भी साडा भावे कमेटी मैंबर चाहे नगर निवासी है चाहे कोई बाहरले बंदा प्लीज बाहर आ जाओ जी, हत्थ बन के बेनती है कमेटी वालों। हाँ जी चमकौर सिंह सुनप चंद सिंह खुकराने तो वो स्टेज उत्ते पुज्या नूं उन्हां दे लई कोई जरूरी काम है। चमकौर सिंह सुनप चंद सिंह जी खुकराने तो पंजाबी वीरों मार खेड कबड्डी दे लई अज एक इन्हां खिडारियों के लिए कहते हैं गुरजीत सिंह इंग्लैंड प्रधान साहब नाल सुखजिंदर सिंह जी कनेडा जिन्हें भी पॉइंट लैन गए खुकराने के हर एक पॉइंट उत्ते 100 रुपया आएगा। दीप व्यापारी वालों बापू के लिए 100 रुपये के बड़े मान और अमना चंद पुराने की धरती का मेरे लोग कौडी पाने के लिए मैदान के वाधा होया एक पासे अमना ते दूजे पासे जाफी भी खेड कबड्डी टिमरी जी टाइट कर दी नवजन माइकल दसते भी आ जिहड़ा जिवें कहिंदे ने सदा सिंह वाले बूटे के नाल खड़ा इस पिंड का खिडारी टाह लाके खेडू हरीदी इहदा नाओ अमनदीप सिंह कद्दू मेरे वीरो रसूलपुरी आ कबड्डी मंटू पाने लिए वाधा होया एक पासे मंटू ते दूजे पासे आ जिहड़ा जाफी अंक तावी दा रेडर दा। हां जी कीपे वालों 100 रुपया मिंटू नूं इनाम, राजदीप वालों 100 रुपया मिंटू नूं इनाम भेजा जांदा जी। हाँ जी धन्यवाद जी। जे खुकराणा जितेगा इस मैच के विचों तां गुरचरण सिंह व्यापारी दे वालों 1100 रुपया होवेगा नगद हुणे। और आ देख लै वी बाबा गांधी मचाकी दी धरती दे कौर सिंह दे वालों अमिंट जिहड़ियां सेवावां दित्तियां जा रही मैच अभिशीलां दीआं अमन सिंह नाओ और चंद पुराना पिंड मेरे वीरो उधरले पासे जाफी जिहड़ा चोटी दा आ बूटा सिंह नाओ सदा सिंह वाले दा जिस पिंड दा जिंदगी दा प्यारा मित्र करमा मेरे वीरो आ बूटा सदा सिंह वाला खुखराड़े दा पुत बन के खेडदा पर जफा नहीं ला सकिया अंक धावी दे हिस्से दे विच जुड़दा होया चल नाओ जी ना पाक आउटिया एक पासे गुरी दा नाओ हीरा जिन्हें भी जफे लगे बीते वालों हरेक जफे उत्ते 100-100 रुपए का इनाम दिया जाऊगा जी। उधर साढ़े गुरजीत प्रधान इंग्लैंड ते नाल सुखा कनेडा सुखजिंदर सिंह कनेडा कहते हैं भी जिन्हें भी पॉइंट लैन के खुखराने की टीम के खिलाड़ी
पर पॉइंट के उत्ते 100 रुपया होगा। इधरले पासे मेरे अंक जो जगदीप के साथी के खाते जुड़ता हो परमिंदर खान भावे कहते हैं भी बदोवाल पिंड है पर इधरले पासे मेरे अमरजीत सिंह नाव उस खिडारी का कौडी के मैदान के अज झंडियाने की धरती का खिडारी कौडी पाने लिए खुखराने के वेड़े के जाता हो तूड़ा पट्टी जाते ने जिन्हें दुध मावा का पीता यार वो फड़ने सौखे नहीं दुला लखा ते कुलजीता संतोख सिंह आ देख लै नाव जना भी उत्तम जरा जफा यदा नाव बूटा ते पिंड सदा सिंह वाला एक 100 रुपया बूटे के खाते के साडे किहदे वल्लों जगदीप वल्लों जी। हाँ जी जेकर खुखराने की टीम आ मैं जिद्दी आ तो भुपिंदर सिंह जिहड़ा पिंडा साडा कबड्डी खिडारी उहदे वल्लों एक बकरा इस टीम नूं दित्ता जाऊगा जी एक बकरा भुपिंदर सिंह साडे जिहड़े कबड्डी खिडारी उन्हां वल्लों इस टीम नूं दित्ता जाऊगा जे खुखराने की टीम मैच जिद्दी आ तां जी चल भी ना होना इधरले पासे कहते हैं भारत से पाकिस्तान जिवें हदां आपस विच टकरांदियां ने पर एक दूजे के कट्टर जिहड़े दुश्मन ने वालों मिंटू नूं 100 रुपए का इनाम भेजा जांदा जी मिंटू के दादा जी सरदार भाग सिंह जी वालों जिवें कहते हैं भी दोनों गुआंढी पिंड ने दोवे कट्टरता अपनी दर्शाते हुए अमन सिंह नाम मेरे चंदपुराने की धरती का पर सदा सिंह वाले बूटे ने धक्का दे के बाहर कढ़ दिता जिवें खंड पाट ले कोई शराबी कढ़ी दा अंक धावी का मेरे नहीं ये जाफी का अंक है अगली कबड्डी पाउंड लई गुरजीत दीप साडा व्यापारी वालों बूटे के लिए होर जिहड़ा 100 रुपया नाल सुखे सुखजिंदर कनेडा वालों गुरजीत इंग्लैंड वालों और इधरले पासे मेरे जिवें कहते हैं भी खेड कबड्डी है एक पासे फुर्ती दी और दूजे पासे जाफी भी आ देख लै भी बदोवाल पिंड परमिंदर खान नाम बई खेड़ी कबड्डी वखरी जी नाम बई बग्गे नूं जफा लाने उत्ते बलजीत बीते वल्लों 100 रुपए का इनाम हां जी साडे तों बाद च प्राप्त कर लैण चल भी ना होना पा कौडिया अमन चंद पुराने की धरती कहते हैं संत बाबा गुरदीप सिंह जी की धरती है और संत बाबा नछत्र सिंह जी की धरत है धरत मालवे की महकां की राणी है सो भंगड़े गिद्धे गीतां दी अते रीत पुरानी है सदा सिंह वाला बूटा नौ मई बल्ले बल्ले नहीं रीसा आह क्या बात ने हरनेक सिंह ज्ञानी वालों 100 रुपए का स्पेशल इनाम जी चल ना उधरले पासे खेड़ कबड्डी जो मुंडे ने जफा लाया 100 रुपए का इनाम भेजा जाता जी राजे 100 रुपए वालों इस मुंडे को इनाम भेजा जाता जी और इधरले पासे मित्रा च खड़क पे खुखराने की धरती का बब्बू बई वाह मारी पट्टा उत्ते थापी जिवें कहिंदे ने 100 रुपया दीप व्यापारी वालों सिराजों दे लई जिवें कहिंदे ने भी खेडां बब्बी संधू उहदे वल्लों 100 रुपए का इनाम भेजा जांदा जी जिहड़े बब्बी संधू आ जिहड़ा मुंडे ने जफा लाया सीगा पहलां चल भी ना हो ना पा कौडी बूटे दे लई सदा सिंह वाला बूटा ना है उस नौजवान दा आखरी बूटा क्या बात ने इधरले पासे मेरे चोटी दा जफा मैदान विच लगदा खेड कबड्डी विच शेर वांगू लगदा 100 रुपया बूटे नूं 100 रुपया होर उस जाफी दे लई साडे गुरजीत वल्लों इंग्लैंड वाले वल्लों ते नाल संतोख जी तालमेल रखो हैलो कह दिओ क्योंकि सारे आपां दाने भुण जांदे आ पता नहीं लगदा तो धन्यवाद ओके जी ओके हैलो कह दो नाल दी नाल असी बंद पर इधरले पासे धावी दे हिस्से आ अंक जाना होया के फर्क दे डौले कुछ लगदा कराउणगे फर्क दे डौले कुछ लगदा कराउणगे खुखराने वाले झंडे वाले दे नाल जदों टकराउणगे खुखराने वाले झंडे वाले दे नाल जदों टकराउणगे दोनों पिंडां दीआं बाबा गांधी जी हद्दां रलदीआं ने पर कट्टर तां इन्नी के भारत ते पाकिस्तान दे नालों भी ज्यादा जिवें कहिंदे ने आ खड़क दा मैच लगदा होया बल्ले बल्ले हो गई है आ देख लै जी बब्बू दे चाचे दे उहदे डैडी वल्लों 100-100 रुपए दा इनाम जिहड़ा भेजा जांदा बब्बू नूं चलो ना होना चंद पुराने की धरती का अमन मेरे वीरो भावे कहते ने वालों के भोरा प्यार नहीं पर खेड की कबड्डी की भावना मेरे वीरो दर्शाती है कि खेड कबड्डी के उत्तम नाओ चमकाना लोचदा आ खिडारी उधरले पासे जाफी लोहे वर्गे पट्टा उत्ते मार बोली थापी एक पासे ने रेडर मुल्तान सिंह जी वालों 100 रुपए का इनाम बब्बू हैलो तां बंद हो पता तां लगू चल भी ना मैच ही चल रहा समझ ला
ਬਾਈ ਵਾਹ, ਸਾਰੇ ਦਰਸ਼ਕਾਂ ਨੇ ਕਹਿੰਦੇ ਨੇ ਵੱਡੇ ਮਾੜ ਕੀਤੇ। ਔਰ ਇਧਰਲੇ ਪਾਸੇ ਗੁਰੀ, ਇੱਕ ਗਾਲਬ ਦੀ ਧਰਤੀ ਦਾ ਗੁਰੀ ਪ੍ਰਸਿੱਧ ਹੈ, ਇੱਕ ਆਹ ਗੁਰੀ ਮੇਰੇ ਲੋ ਅੰਕ ਜਿਹੜਾ ਜਾਫੀ ਦਾ, ਅੰਕ ਜਾਫੀਆਂ ਦਾ ਧੱਕਾ ਦੇ ਕੇ ਬਾਹਰ ਨਿਕਲਦਾ ਹੋਇਆ ਅੰਕ ਜਾਫੀਆਂ ਦਾ, ਬਹੁਤ ਹੀ ਸੋਹਣਾ ਅੰਕ ਮੇਰੇ ਲੋ, ਜਿਵੇਂ ਕਹਿੰਦੇ ਨੇ ਝੰਡੇ ਨੇ ਪੱਛਮੀ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ। ਚੱਲ ਵੀ ਗੱਭਰੂ ਆਪਾ ਕੌਡੀ ਅਮਰਜੀਤ ਸਿੰਘ ਨਾਂ ਮੇਰੇ ਲੋ, ਝੰਡੇ ਨਾਲ ਪੱਛਮੀ ਜਸਪਿੰਡ ਦੇ ਰਵੀ ਵਰਗੇ ਔਰ ਸੁਪਰ ਖਿਡਾਰੀ ਨੇ, ਔਰ ਕਬੱਡੀ ਓਪਨ ਦੇ ਵਿੱਚ ਅੱਜ ਪਤਾ ਲੱਗੇਗਾ ਮਾਈਕਲ ਦੇ ਨਾਲ ਖੜਾ ਬੂਟਾ ਸਰਦਾ ਸਿੰਘ ਵਾਲੇ ਦਾ ਖੇਡ ਕਬੱਡੀ ਵਿੱਚ ਨਾਲ ਪਿੰਡ ਦਾ। ਇਧਰਲੇ ਪਾਸੇ ਜਾਫੀ ਵਧੀਆ ਨਵਜੋਤ ਲਟੈਂਟ ਵਰਗਾ ਮਾਨ ਦਾ ਪਹਾੜ ਸਿੰਘ, ਕਿ ਬੱਲੀਓ ਬਣਾਂਗੇ ਝਾਂਜਰ ਤੇਰੀ, ਨਾਲ ਨਾਲ ਤੇਰੇ ਤੁਰਨਾ, ਜਾਂ ਮਿੱਤਰਾਂ ਨੇ ਕੋਕਾ ਬੰਨਿਆ ਤੇ ਜਾਮ ਬਣ ਜਾਣਾ ਸੁਰਮਾ, ਜਾਂ ਬਾਨਾ ਚਾਨੀ ਤੇਰੀ ਦੇ ਮਰ ਕੇ, ਹੁਣ ਤੈਨੂੰ ਟੱਕਰਾਂਗੇ ਸੱਜਰੇ ਫਰੀਕ ਤੇਰੇ ਬਣ ਕੇ, ਅੱਜ ਤੈਨੂੰ ਟੱਕਰਾਂਗੇ ਸੱਜਰੇ ਫਰੀਕ ਤੇਰੇ ਬਣ ਕੇ। ਅੰਕ ਜਾਫੀਆਂ ਦਾ ਨਵਜਨ ਊਧਮ ਸਿੰਘ ਕਲਕੱਤੇ ਵਾਲੇ ਪੀਤਾ, ਪੀਤੇ ਨਾਲ ਇੱਥੇ ਸਟੇਜ ਉੱਤੇ ਸੇਵਾ ਨਿਭਾ ਰਿਹਾ ਸੀ, ਆਵੇ ਜੀ ਪੀਤਾ ਇੱਥੇ ਮਾਇਆ ਤੇ ਗੱਪੇ। ਆ ਬਾਪੂ ਜੀ ਗੁਰਚਰਨ ਸਿੰਘ ਜੀ ਜਸਦਾਰ ਬੈਠੇ ਨੇ, ਇਹਨਾਂ ਨੂੰ ਫੜਾ ਦਿਆ ਕਰੋ ਕਿਉਂਕਿ ਬੋਲ ਮੈਂ ਲਿਆ ਕਰਾਂਗਾ। ਔਰ ਇਧਰਲੇ ਪਾਸੇ ਕਬੱਡੀ ਦਾ ਮੈਦਾਨ, ਬੱਬੂ ਨਾ ਇੱਕ ਪੜਾਣੇ ਵਾਲਾ, ਇੱਕ ਆ ਬੱਬੂ ਇੱਕ ਜਲਾਲ ਦੀ ਧਰਤੀ ਦਾ ਅੰਕ ਜਿਹੜਾ ਬੱਬੂ ਖੁਖਰਾਣੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਉਹ ਟੀਮ ਕਰਨੀ ਹੋਈ ਪੀਤਾ ਪਹੁੰਚਿਆ ਇੱਥੇ ਜਲਦੀ, ਚੱਲ ਨਾਲ ਪਾ ਕੌਡੀਆਂ ਰਸੂਲਪੁਰੀਆ ਕੱਦੂ ਮੇਰੇ ਵੱਲੋਂ ਦੁਨੀਆਂ ਦਾ ਫਨਕਾਰ ਜਾਫੀ, ਔਰ ਬੂਟਾ ਸਦਾ ਸਿੰਘ ਵਾਲੇ ਦੀ ਧਰਤੀ ਦਾ ਅੱਜ ਪਤਾ ਲੱਗੇਗਾ, ਇਹਦਾ ਨਾਂ ਹੈ ਕੱਦੂ। ਰਸੂਲਪੁਰ ਪਿੰਡ ਮੇਰੇ ਵੱਲੋਂ ਸਰਦਾਰਾਂ ਦਾ, ਰਸੂਲਪੁਰ ਦੀ ਧਰਤੀ ਦੇ ਕੰਤੇ ਦੇ ਪੇਂਡੂ ਨੇ, ਆਹ ਦੇਖ ਕੇ ਸਾਡੇ ਪਿੰਡ ਦਾ ਰਿਵਾਜ ਨਿਆਰਾ, 600 ਰੁਪਏ ਜੀ, 200 ਰੁਪਇਆ ਦੀਪਕ ਪਾਰੀ ਵੱਲੋਂ ਸਰਾਜਨ ਦੇ ਲਈ, ਔਰ 100 ਰੁਪਇਆ ਗੁਰਜੀਤ ਇੰਗਲੈਂਡ ਵਾਲੇ ਵੱਲੋਂ, 100 ਰੁਪਇਆ ਸੁਰਜਨ ਵਾਲੇ, ਕਿ ਸਾਡੇ ਪਿੰਡ ਦਾ ਰਿਵਾਜ ਨਿਆਰਾ, ਕੁੱਟਣ ਘੱਟ ਘੜੀਸਣ ਬਾਲਾ ਕਰੇਗਾ ਬੋੜੀ ਬੋੜੀ, ਉਹ ਪਤਾ ਲੱਗੂ ਜਿਵੇਂ ਕੁੱਕੜ ਵਾਂਗੂ ਧੌਣ ਮਰੋੜੀ ਹੋਏ। ਅੰਕ ਜਿਹੜਾ ਜਾਫੀ ਦਾ ਰਸੂਲਪੁਰੀਏ ਦਾ, ਚੱਲ ਨਾਈਓ ਨਾ ਪਾਗਲੀ ਕਾਡੂ, ਅਮਨ ਸਟੂਡੀਓ ਖੁਖਰਾੜੇ ਵਾਲਾ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ, ਪਰ ਇਧਰਲੇ ਪਾਸੇ ਗੁਰੀ ਦਾ ਸਾਥੀ ਵੀ ਰੋਕੜਾ ਖਿਡਾਰੀ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ, ਔਰ ਬਤੋਵਾਲ ਪਿੰਡ ਪਰਮਿੰਦਰ ਖਾਨ ਨਾ ਉਸ ਖਿਡਾਰੀ ਦਾ, ਪਰ ਅੰਕ ਧਾਵੀ ਦਾ ਰੇਡ ਦਾ, ਬੱਲੇ ਬੱਲੇ ਲੇਡੀ ਸਾ। ਹਾਂਜੀ ਸਰਦਾਰ ਮਸਤਾਨ ਸਿੰਘ ਜੀ ਵੱਲੋਂ ਮਿੰਟੂ ਨੂੰ ਇਸ ਬੈਟ ਤੋਂ ਖੁਸ਼ ਹੋ ਕੇ 100 ਰੁਪਏ ਦਾ ਇਨਾਮ। ਮਿੰਟੂ ਨਾ ਉਸ ਧਾਵੀ ਦਾ ਜਿਹੜਾ ਕਬੱਡੀ ਦੇ ਪੁਆਇੰਟ ਦੇ ਵਿੱਚ ਨੱਚ ਕੇ ਵਾਅਦਾ ਕਰਦਾ ਹੋਇਆ, ਪਰ ਇਧਰਲੇ ਪਾਸੇ ਝੰਡਿਆਂ ਨੇ ਪੱਛਮੀ ਵਾਲਾ ਅਮਰਜੀਤ ਸਿੰਘ, ਜਿਵੇਂ ਕਹਿੰਦੇ ਨੇ ਖੇਡਾਂ ਵਿੱਚੋਂ ਖੇਡ ਵੱਡੀ, ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਆ ਪੂਰਾ ਲਾ ਕੇ ਤਾਣ ਮਿੱਤਰੋ, ਕੌਡੀ ਭੰਗੜਾ, ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਕੌਡੀ ਭੰਗੜਾ। ਹੈਲੋ, ਹਾਂਜੀ ਰਾਜਦੀਪ ਵੱਲੋਂ ਮਿੰਟੂ ਨੂੰ 100 ਰੁਪਏ ਦਾ ਇਨਾਮ ਹੋਰ ਭੇਜਿਆ ਜਾਂਦਾ ਜੀ। ਉਧਰ ਤੋਂ ਪਾਸੇ ਮਿੰਟੂ ਦੇ ਲਈ ਬੜੇ ਮਾਨ ਸਨਮਾਨ ਹੋ ਗਏ ਨੇ 100-100 ਰੁਪਈਆ। ਗੁਰਚਰਨ ਸੁਨੇਰ ਵੀ ਸਾਡੀ ਜ਼ਿੰਦਗੀ ਦਾ ਪਿਆਰਾ ਮਿੱਤਰ ਮੇਰੇ ਉਹ ਮਾਇਆ ਚ, ਜਿਵੇਂ ਕਹਿੰਦੇ ਨੇ ਕਮੈਂਟ ਕੱਦੇ ਵੱਲੋਂ ਮਿੰਟੂ ਨੂੰ 100 ਰੁਪਏ ਦਾ ਇਨਾਮ, ਉਹਦਾ ਵੀ ਵੱਡਾ ਧੰਨਵਾਦ ਕਰਾਂਗੇ ਜਿਹਨੇ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਨੇ ਮੇਰੇ ਤੋਂ ਪਹਿਲਾਂ, ਔਰ ਨਾਲ ਬੇਅੰਤ ਸਿੰਘ ਜਿਵੇਂ ਕਹਿੰਦੇ ਨੇ ਉਹਦਾ ਵੀ ਵੱਡਾ ਧੰਨਵਾਦ। ਪਰ ਇਧਰਲੇ ਪਾਸੇ ਕਬੱਡੀ ਦਾ ਮੈਦਾਨ ਭੱਗ ਚੁੱਕਿਆ, ਚਾਰੇ ਪਾਸੇ ਜਿਵੇਂ ਕਹਿੰਦੇ ਨੇ ਵੀ ਦੁਆਬੀਆਂ ਦੇ ਜ਼ੋਰ ਚੱਲਦੇ ਨੇ ਖੇਡ ਕਬੱਡੀ ਵਿੱਚ, ਆਹ ਦੇਖ ਲਾ ਵੀ ਚੱਲ ਪਈ ਹੈ ਬੱਬੂ ਦੀ ਤੋਰ, ਬਦਲੇਗਾ ਕੌਣ ਬਣਾਈਆ ਮੋਰ, ਆਉਣ ਵਾਲਾ ਸਮਾਂ ਉਹ ਸਿੱਖ ਸਿੱਖ ਲੈ ਕਲਹਿਰੀਆ ਮੋਰਾ ਤੁਰਨਾ ਤੋਰ ਪੰਜਾਬੀ ਦੀ, ਅੰਕ ਜਿਹੜਾ ਬੱਬੂ ਖੁਖਰਾਣੇ ਦੀ ਟੀਮ ਦੇ ਲਈ ਜੋੜਦਾ ਹੋਇਆ। ਉਧਰ ਬਿੱਲਾ ਮੇਰੇ ਲੋ ਬਹੁਤ ਵਧੀਆ ਅਫੀਸ਼ੀਅਲ ਭੂਮਿਕਾ ਕਦੇ ਨਿਭਾ ਜਾਂਦਾ ਹੈ, ਕਲੱਬ ਦਾ ਪ੍ਰਧਾਨ ਹੈ, ਜ਼ਿੰਦਗੀ ਦਾ ਪਿਆਰਾ ਮਿੱਤਰ, ਨਾਲ ਮੇਰੇ ਲੋ ਪੀਤੇ ਵਰਗੇ ਗੁਰਜੀਤ ਹੋਰੀ, ਜਾਂ ਉਹ ਬੈਠਾ ਮੇਰਾ ਛੋਟਾ ਭਾਈ ਨਿਰਪੈਲ ਸੇਖੋ, ਇਹ ਕਹਿੰਦੇ ਨੇ ਇਹਨਾਂ ਦੇ ਸੱਦੇ ਤੇ ਤੁਹਾਡੇ ਵਿੱਚ ਆਏ ਹੈ, ਸੋ ਵੱਡਾ ਧੰਨਵਾਦ ਇਹਨਾਂ ਦਾ ਜਿਹਨਾਂ ਨੇ ਅੱਜ ਰੱਬ ਰੂਪੀ ਦਰਸ਼ਕਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਦਿੱਤਾ। ਅੱਜ ਤੱਕ ਨਾ ਜੱਟ ਹੋ ਸਕੇ, ਮੈਂ ਐਸਾ ਤੁਹਾਨੂੰ ਪਿਆਰ ਦਿਆਂ, ਮੇਰੀ ਉਮਰ ਹਜ਼ਾਰਾਂ ਸਾਲ ਹੋਵੇ, ਹਰ ਸਾਲ ਤੁਹਾਡੇ ਤੋਂ ਵਾਰਦਿਆਂ, ਹਰ ਸਾਲ ਤੁਹਾਡੇ ਤੋਂ ਵਾਰਦਿਆਂ, ਚੱਲ ਨਾਈਓ ਨਾ ਪਾ ਕੌਡੀ। ਇਧਰਲੇ ਪਾਸੇ ਮਿੰਟੂ ਨਾ ਉਹ ਲਾਲ ਰੰਗ ਦੀ ਪੱਟੀ, ਜਿਵੇਂ ਕਹਿੰਦੇ ਨੇ ਛੋਟੀ ਉਮਰ ਮਲੂਕੜਾ ਨਾਜੋਣ, ਮਿੰਟੂ ਲਾਲ ਰੰਗ ਦੀ ਪੱਟੀ, ਆਏ ਹਾਏ ਹਾਏ, ਆਏ ਹਾਏ ਹਾਏ, ਆਏ ਹਾਏ ਹਾਏ, ਬਈ ਵਾਹ ਕਿਆ ਬਾਤਾਂ ਨੇ, ਅੱਜ ਪਤਾ ਲੱਗਦਾ ਹੈ ਚੁੰਗ ਪੂਰੀਆਂ ਜਿਨ੍ਹਾਂ ਨੇ ਡੰਡ ਕੱਢੇ ਮਿੱਤਰੋ, ਉਹ ਕਿਹੜੇ ਗਰਸ ਦੇ ਕਿਹੜੇ ਬੰਦੇ ਨੇ ਪਤਾ ਲੱਗਣੀਆਂ, ਲੋਕ ਇੱਥੇ ਬੈਠੇ ਆ, ਖੇਡ ਵਿਖਾਓ ਬੱਬੂ, ਮਿੰਟੂ ਜਾਬਤੇ ਵਿੱਚ ਰਹੋ। ਹਾਂਜੀ ਕੋਈ ਵੀ ਘਟੀਆ ਕਮੈਂਟ ਇੱਕ ਦੂਜੇ ਉੱਤੇ ਨਾ ਕਰੇ, ਤੁਸੀਂ ਜ਼ੋਰ ਵਿਖਾਓ ਆਪਦਾ, ਆਪਦੀ ਗੇਮ ਵਿਖਾਓ, ਜਿਹੜੀ
ਜਿਹੜੀ ਆਸ ਕਰਕੇ ਆਏ ਆ ਬਈ ਕੋਈ ਵੀ ਪਾਸੇ ਅੰਦਰ ਜਾਵੇ ਗਰਾਊਂਡ ਦੇ ਵਿੱਚ ਪਲੀਜ਼ ਬਾਹਰ ਆ ਜਾਓ ਜੀ ਬਾਹਰ ਕੋਈ ਵੀ ਅੰਦਰ ਨਾ ਜਾਵੇ ਕਹਿੰਦੇ ਨੇ ਵੀ ਥਾਪੀ ਜਿਹੜੀ ਆਪਣੇ ਪਾਲੇ ਚ ਨਹੀਂ ਮਾਰਦਾ ਸਵਾਦ ਆਉਂਦਾ ਸਵਾਦ ਆਉਂਦਾ ਗੋਲੀਆਂ ਦੇ ਪਾਲੇ ਵਿੱਚ ਥਾਪੀ ਬਾਹਰ ਹੁੰਦਾ ਪਲੀਜ਼ ਬਾਹਰ ਆ ਜਾਓ ਨਹੀਂ ਹਾਂਜੀ ਕੋਨੇ ਖੁੱਲ ਕੇ ਮਾਰੋ ਤੁਸੀਂ ਵੀ ਥਾਪੀਆਂ ਕੋਈ ਗੱਲ ਨਹੀਂ ਇੰਨੀ ਡੌਲਿਆਂ ਚ ਜਾਣ ਠੱਲ ਦਿੰਦੇ ਆ ਤੂਫਾਨ ਵਰ ਜਾਂਦੇ ਆ ਬੱਦਲ ਵਾਂਗੂ ਨਹੀਂ ਉਹ ਗੱਜਦੇ ਜਿੱਥੋਂ ਲੰਘੀਦਾ ਉਹ ਲੰਘੀਦਾ ਐਵੇਂ ਨੀ ਲੋਕੀ ਅੰਕ ਜਾਫੀਆਂ ਦਾ ਨਾਉਜਨ ਬੂਟੇ ਦਾ ਬਹੁਤ ਹੀ ਸੋਹਣਾ ਅੰਕ ਜਿਹੜਾ ਸਾਡਾ ਫਿੱਟ ਠੀਕ ਆ ਪੁਆਇੰਟ ਲੈ ਲਿਆ ਪਰ ਪਿਆਰ ਉਵੇਂ ਬਰਕਰਾਰ ਆ ਕੀ ਬਾਤ ਆ ਇਹਨੂੰ ਕਹਿੰਦੇ ਆ ਖੇਡ ਭਾਵਨਾ ਜਿਵੇਂ ਕਹਿੰਦੇ ਨੇ ਸਪੋਰਟਸਮੈਨਸ਼ਿਪ ਦੀ ਭਾਵਨਾ ਜਦੋਂ ਮਨ ਦੇ ਵਿੱਚ ਆ ਜਾਵੇ ਤਾਂ ਤਰੱਕੀਆਂ ਹੁੰਦੀਆਂ ਨੇ ਅਪਾਰ ਕਿਰਪਾ ਹੁੰਦੀ ਹੈ ਸੱਤੇ ਪਾਤਸ਼ਾਹ ਦੀ ਗੁਰੂ ਮਹਾਰਾਜ ਦੀ ਔਰ ਆਪਾਂ ਜਿਵੇਂ ਕਹਿੰਦੇ ਨੇ ਗੁਰੂ ਮਹਾਰਾਜ ਦੀ ਕਿਰਪਾ ਪ੍ਰਾਪਤ ਕਰਨੀ ਹੈ ਨੌਜਵਾਨੋ ਨਾ ਬਲਕਿ ਦੁਸ਼ਮਣੀ ਆ ਚੱਲ ਨੌਜਵਾਨਾ ਪਾ ਕੌਡੀਆਂ ਇੱਕ ਪਾਸੇ ਕਹਿੰਦੇ ਨੇ ਵੀ ਮਾਲ ਖੇਡ ਕਬੱਡੀ ਦਾ ਮੈਦਾਨ ਪੱਕ ਚੁੱਕਿਆ ਉਧਰਲੇ ਪਾਸੇ ਚਾਰੇ ਜਾਫੀ ਜਿਹੜੇ ਕਹਿਣ ਰਹੇ ਜਗਦੀਪ ਸਿੰਘ ਦੇ ਨਾਲ ਪਰਮਿੰਦਰ ਖਾਨ ਬੱਦੋਵਾਲ ਦੀ ਧਰਤੀ ਦਾ ਜਿਸ ਪਿੰਡ ਤੋਂ ਭੀਰੇ ਵਰਗੇ ਔਰ ਇਧਰਲੇ ਪਾਸੇ ਜਾਫੀ ਜਿਹੜਾ ਉੱਚ ਕੋਟੀ ਦਾ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਬੱਲੇ ਬੱਲੇ ਨਹੀਂ ਰੀਸਾਂ ਬਈ ਵਾਹ ਕੀ ਬਾਤ ਆ ਜੀ ਬਈ ਵਾਹ ਜਿਵੇਂ ਕਹਿੰਦੇ ਨੇ ਰੋਹੀ ਬਿਆਬਾਨ ਦੇ ਵਿੱਚ ਜਦੋਂ ਝੁੱਗੀਆਂ ਭਰਦਾ ਮਿਰਗ ਹੁੰਦਾ ਹੈ ਖੇਡ ਕਬੱਡੀ ਦੇ ਵਿੱਚ ਅੰਕ ਇਸ ਤਰ੍ਹਾਂ ਪ੍ਰਾਪਤ ਕਰ ਚੁੱਕੇ ਹੈ ਔਰ ਅਗਲੀ ਕਬੱਡੀ ਪਾਉਣ ਦੇ ਲਈ ਆ ਨੌਜਵਾਨ ਸੰਤੋਸ਼ ਜੀ ਅਗਲਾ ਮੈਚ ਬੋਲੋ ਗਰਾਊਂਡ ਖਾਲੀ ਹੋ ਜਾਵੇਗਾ ਬਾਅਦ ਦੇ ਵਿੱਚ ਸੋ ਚੱਲ ਨੌਜਵਾਨਾ ਮਾਰੀ ਪੱਟ ਉੱਤੇ ਥਾਪੀ ਜਿਵੇਂ ਕਹਿੰਦੇ ਨੇ ਥਾਪੀ ਪੱਟ ਉੱਤੇ ਮਾਰ ਕੇ ਕਬੱਡੀ ਪਾਉਣੀ ਹੈ ਖੇਡ ਕਬੱਡੀ ਵਿੱਚ ਆਪਣੀ ਟੀਮ ਬਣਾਉਣੀ ਹੈ ਔਰ ਬੱਲੇ ਬੱਲੇ ਅੰਕ ਜਿਹੜਾ ਧਾਵੀ ਦਾ ਮੇਰੇ ਨੂੰ ਅਮਰਜੀਤ ਸਿੰਘ ਦਾ ਅਗਲੀ ਕਬੱਡੀ ਪਾਉਣ ਦੇ ਲਈ ਨਾਜ਼ਮ ਗੁਰੀ ਗਲਬ ਵਾਲੇ ਗੁਰੀ ਦੀਆਂ ਗੱਲਾਂ ਜਗ ਜਹਾਨ ਨੇ ਕੀਤੀਆਂ ਹਾਂਜੀ ਜਿੰਦਰ ਇੱਥੇ ਆਵੇ ਸਾਡੇ ਕੋਲੇ ਪਾਣੀ ਦੀ ਡਿਊਟੀ ਆ ਗੁਰਜੀਤ ਨੂੰ ਫੜਾ ਦੇ ਚੱਲ ਵੀ ਨੌਜਵਾਨਾ ਇਧਰਲੇ ਪਾਸੇ ਕਬੱਡੀ ਜ਼ਰੂਰੀ ਆ ਜਿੰਦਰ ਜਿੰਦਰ ਜ਼ਰੂਰੀ ਆ ਪਲੀਜ਼ ਜਿੰਦਰ ਨੂੰ ਹੀ ਭੇਜਿਆ ਜਾਵੇ ਬਾਈ ਵਾਹ ਰੈਫਰੀ ਦਾ ਫੈਸਲਾ ਟੱਲ ਹੋਵੇਗਾ ਕਿਹੜਾ ਕਿਹੜਾ ਪੁਆਇੰਟ ਕਿਹਦੇ ਵੱਲ ਹੋਵੇਗਾ ਦੇ ਕੇ ਨਾਮ ਲੋਕ ਹੌਸਲਾ ਵਧਾਉਣਗੇ ਫਿਰ ਗੱਭਰੂ ਗਰਾਊਂਡਾਂ ਵਿੱਚ ਪਹਿਲਾਂ ਹੀ ਪਾਉਣਗੇ ਗੱਭਰੂ ਗਰਾਊਂਡਾਂ ਵਿੱਚ ਪਹਿਲਾਂ ਪਾਉਣਗੇ ਅੰਕ ਜਿਹੜਾ ਜਾਫੀਆਂ ਦਾ ਚੱਲ ਨੌਜਵਾਨਾ ਪਾ ਕਬੱਡੀਆਂ ਉਧਰਲੇ ਪਾਸੇ ਹੱਸਣਾ ਸੀ ਬੜਾ ਪਿਆਰਾ ਖਾਰੇ ਗਾਂਧੀ ਦਾ ਝੱਲਿਆ ਨੀ ਜਾਂਦਾ ਰੋਪ ਸੀ ਫਿੱਡੂ ਜੋ ਟਾਂਡੀ ਦਾ ਬਾਬਾ ਗਾਂਧੀ ਜੀ ਮਾਇਜ ਵਿਜਲ ਨੇ ਅੱਜ ਬੜਾ ਧੰਨਵਾਦ ਔਰ ਇਧਰਲੇ ਪਾਸੇ ਚੱਕ ਅਮਨਦੀਪ ਸਿੰਘ ਰਸੂਲਪੁਰੀਆ ਲੁਧਿਆਣੇ ਵਾਲਾ ਜਗਰਾਵਾਂ ਤਹਿਸੀਲ ਵਾਲਾ ਆਹ ਦੇਖ ਲੈ ਸਰਦਾਰਾਂ ਦੇ ਪਿੰਡ ਵਾਲਾ ਐਵੇਂ ਨੀ ਕਾਲੂ ਦਾ ਨਾਂ ਚੱਲਦਾ ਐਵੇਂ ਨੀ ਕੰਤੇ ਦੀ ਬੱਲੇ ਬੱਲੇ ਐਵੇਂ ਨੀ ਚੜਾਈਆਂ ਮੇਰੇ ਨੂੰ ਪਿੰਡੇ ਦੀਆਂ ਆ ਪਿੰਡੇ ਦੇ ਪਿੰਡ ਵਾਲੇ ਅਮਨਦੀਪ ਕੱਦੂ ਦੇ ਵੱਲੋਂ ਸ਼ਾਨਦਾਰ ਜੱਫਾ ਰਸੂਲਪੁਰ ਵਾਲੇ ਵੱਲੋਂ ਅੱਜ ਖੁਖਰਾਣੇ ਦਾ ਪੁੱਤ ਬਣ ਕੇ ਖੇਡਦਾ ਹੋਇਆ ਕਬੱਡੀ ਦੇ ਮੈਦਾਨ ਦੇ ਵਿੱਚ ਡਾਕਟਰ ਬੇਅੰਤ ਸਿੰਘਾਂ ਨੌਜਵਾਨਾਂ ਵੀ ਫੈਸਲੇ ਦੱਸਦੇ ਨੇ ਆਉਣ ਵਾਲੇ ਸਮੇਂ ਦੀ ਗੱਲ ਆਸਾ ਪੁੱਟਰ ਜੀ ਹਾਂਜੀ ਕਬੱਡੀ ਓਪਨ ਦਾ ਜਿਹੜਾ ਪਹਿਲਾ ਮੈਚ ਇਸ ਤੋਂ ਅਗਲਾ ਅਸੀਂ ਕਰਵਾਉਣਾ ਰਾਜਿਆਣਾ ਵਰਸਿਸ ਡੇਮਰੂ ਇਹ ਦੋਵੇਂ ਟੀਮਾਂ ਤਿਆਰ ਰਹਿਣ ਜੀ ਬਾਈ ਵਾਹ ਇਧਰਲੇ ਪਾਸੇ ਬਦੋਵਾਲੀਆ ਨੌਜਵਾਨ ਪਹਿਲਵਾਨ ਰਾਜਿਆਣਾ ਵਰਸਿਸ ਡੇਮਰੂ ਅੰਕ ਧਾਵੀ ਦਾ ਨਹੀਂ ਜਾਫੀ ਦਾ ਬਹੁਤ ਹੀ ਸੋਹਣਾ ਅੰਕ ਉਹ ਭਾਈ ਇਹਨੂੰ ਖੇਡ ਦੀ ਭਾਵਨਾ ਨਹੀਂ ਕਹਿੰਦੇ ਇਹਨੂੰ ਖੇਡ ਦੀ ਭਾਵਨਾ ਨਹੀਂ ਕਹਿੰਦੇ ਹਾਂਜੀ ਬਾਈ ਵਾਹ ਹਾਂਜੀ ਪਿੰਡ ਵਾਲਿਆਂ ਨੂੰ ਇੱਕ ਜ਼ਰੂਰੀ ਸੂਚਨਾ ਵੱਡੇ ਵੀਰ ਪਿੰਡ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਬੱਲੇ ਬੱਲੇ ਕਰਵਾਉਣੀ ਆਪਣੀ ਮਰਜ਼ੀ ਮਾਰੋ ਪਰ ਹਾਂਜੀ ਥਾਪੀਆਂ ਮਾਰ ਸਕਦਾ ਖਿਡਾਰੀ ਕਹਿੰਦੇ ਨੇ ਫਿਰ ਥਾਪੀਆਂ ਕੰਨਾਂ ਦੇ ਵੱਲ ਮਾਰਦਾ ਪਤਾ ਲੱਗ ਜਾਂਦਾ ਤੁਲ ਹੋਏ ਭਾਰ ਦਾ ਜਿੱਤੇ ਕੋਈ ਟੱਕਰ ਜੇ ਭੈੜੇ ਪਰਿਵਾਰ ਦਾ ਤੇ ਕਿਤੇ ਵੀ ਨਹੀਂ ਜੀ ਲੱਗਦਾ ਘੋੜੀ ਘੋੜੀਆਂ ਚ ਦੇਖ ਲਈ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ ਆ ਅਮਨ ਕਬੱਡੀ ਦਾ ਮਹਾਨ ਮੇਰੇ ਜੋ ਖਿਡਾਰੀ ਬਣਦਾ ਹੋਇਆ ਅੰਕ ਧਾਵੀ ਦਾ ਬੱਲੇ ਬੱਲੇ ਹੋ ਗਈ ਔਰ ਚੰਦ ਪੁਰਾਣੀ ਦੀ ਧਰਤੀ ਦੇ ਅਮਨ ਨੇ ਇੱਕ ਅੰਕ ਆਪਣੀ ਟੀਮ ਦੇ ਲਈ ਜੋੜ ਲਿਆ ਉਧਰਲੇ ਪਾਸੇ ਦੀਪ ਇੰਗਲੈਂਡ
ਜਿਵੇਂ ਕਹਿੰਦੇ ਨੇ ਗੁਰਜੀਤ ਇੰਗਲੈਂਡ ਤੇ ਨਾਲ ਸੁੱਖਾ ਕੈਨੇਡਾ, ਹਰ ਇੱਕ ਪੁਆਇੰਟ ਕਿੰਨੇ ਕੋ ਪੁਆਇੰਟ, ਹਰ ਇੱਕ ਪੁਆਇੰਟ ਤੇ 100 ਰੁਪਈਆ ਇਹਨਾਂ ਦੇ ਵੱਲੋਂ ਖੁਖਰਾਣੇ ਦੀ ਟੀਮ ਦੇ ਲਈ ਹੈ। ਔਰ ਚੱਲ ਨਾ ਯੋਨਾ ਅਦਰਲੇ ਪਾਸੇ, ਜਿਵੇਂ ਕਹਿੰਦੇ ਨੇ ਲਾ ਕੇ ਜ਼ੋਰ ਪੱਟਾ ਨਾਲ ਮਾਰੀ ਜਦੋਂ ਵਿਸ਼ਾਲ, ਅੱਖ ਦੀ ਝਪਕਣਾ ਕਮਾਲ ਜਿਹਾ ਹੋ ਗਿਆ, ਹੱਥ ਲਾ ਕੇ ਖਹਿਰਿਆਂ ਦਾ ਜਿੰਦੂ ਆ ਕੇ ਖੁਖਰਾਣੇ ਵਾਲਾ ਆ ਗਿਆ ਆ ਗਿਆ ਆ ਗਿਆ। ਇਸੇ ਦੇ ਨਾਲ ਹੀ ਜਿਹੜਾ ਮੈਚ ਸਮਾਪਤ ਹੈ, ਔਰ ਡਾਕਟਰ ਬੇਅੰਤ ਸਿੰਘ ਜੀ ਦੱਸਦੇ ਨੇ ਕਿ ਝੰਡਿਆਂ ਦੇ ਪੁਆਇੰਟ ਨੇ 11 ਤੇ 20.5 ਪੁਆਇੰਟ ਨੇ ਖੁਖਰਾਣੇ ਨੇ, ਇਸ ਮੈਚ ਦੇ ਵਿੱਚੋਂ ਖੁਖਰਾਣਾ ਜੇਤੂ। ਹਾਂਜੀ, ਇਸ ਤੋਂ ਅਗਲਾ ਮੈਚ ਕਬੱਡੀ ਓਪਨ ਦਾ ਰਾਜਿਆਣਾ ਵਰਸੇ ਡੇਮਰੂ, ਦੋਵੇਂ ਟੀਮਾਂ ਅੱਧੇ ਮਿੰਟ ਦੇ ਵਿੱਚ ਕੱਪੜੇ ਉਤਾਰ ਕੇ ਗਰਾਊਂਡ ਦੇ ਵਿੱਚ ਆ ਜਾਂਦੀਆਂ। ਹਾਂਜੀ ਸੰਤੋਖ ਜੀ, ਅਸੀਂ ਦੋਵਾਂ ਟੀਮਾਂ ਦਾ ਧੰਨਵਾਦ ਕਰਦੇ ਹਾਂ ਸਮੁੱਚੇ ਕਲੱਬ ਦੇ ਵੱਲੋਂ, ਨਗਰ ਦੇ ਵੱਲੋਂ, ਜਿਨ੍ਹਾਂ ਨੇ ਬਹੁਤ ਸੋਹਣਾ ਮੈਚ ਦਿਖਾ ਦਿੱਤਾ ਇਸ ਮੈਦਾਨ ਦੇ ਵਿੱਚ, ਸੋ ਧੰਨਵਾਦ। ਹਾਂਜੀ ਮਾਈਕ ਤੁਹਾਡੇ ਹਵਾਲੇ ਹੈ। ਹਾਂਜੀ, ਇਸ ਤੋਂ ਅਗਲਾ ਮੈਚ ਹੋਏਗਾ ਦੌਲੇ ਵਾਲਾ ਵਰਸੇ ਨਿਧਾ ਵਾਲਾ, ਤੀਜਾ ਮੈਚ ਮਾਨੂਕੇ ਗਿੱਲ ਵਰਸੇ ਜੈ ਸਿੰਘ ਵਾਲਾ, ਚੌਥਾ ਮੈਚ ਬਾਬਾ ਫਰੀਦ ਕਲੱਬ ਫਰੀਦਕੋਟ ਵਰਸੇ ਤਲਵੰਡੀ ਭਾਈ। ਪਲੀਜ਼ ਸਾਡੇ ਕੋਲ ਨਾ ਹੋ, ਅਸੀਂ ਇੱਥੋਂ ਅਨਾਊਂਸ ਕਰ ਦਿਆਂਗੇ ਤੁਹਾਡਾ ਮੈਚ ਕਿੰਨਵਾ। ਸਾਡੇ ਕੋਲ ਕੋਈ ਇੱਥੇ ਆਉਣ ਦੀ ਕੋਸ਼ਿਸ਼ ਨਾ ਕਰੇ, ਅਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਰੱਖ ਦੇਣਾ ਵੀ ਕੀ ਸਕੈਜੂਲ ਤਿਆਰ ਕੀਤਾ। ਹਾਂਜੀ, ਪਹਿਲਾ ਮੈਚ ਓਪਨ ਦਾ ਰਾਜਿਆਣਾ ਵਰਸਿਸ ਡੇਮਰੂ, ਦੋਵੇਂ ਟੀਮਾਂ ਦੇ ਖਿਡਾਰੀ ਪਲੀਜ਼ ਇੱਕ ਮਿੰਟ ਦੇ ਵਿੱਚ ਆ ਜਾਣ। ਦੂਜਾ ਮੈਚ ਦੌਲੇ ਵਾਲਾ ਵਰਸਿਸ ਨਿਧਾ ਵਾਲਾ, ਤੀਜਾ ਮੈਚ ਮਾਨੂਕੇ ਗਿੱਲ ਵਰਸਿਸ ਜੈ ਸਿੰਘ ਵਾਲਾ, ਚੌਥਾ ਮੈਚ ਬਾਬਾ ਫਰੀਦਕੋਟ ਕਲੱਬ ਫਰੀਦਕੋਟ ਵਰਸਿਸ ਤਲਵੰਡੀ ਭਾਈ, ਪੰਜਵਾਂ ਮੈਚ ਜੋਗੇ ਵਾਲਾ ਵਰਸਿਸ ਡਗਰੂ, ਛੇਵਾਂ ਮੈਚ ਗੁਰੂ ਹਰ ਰਾਏ ਕਲੱਬ ਡਗਰੂ ਵਰਸਿਸ ਬਾਬਾ ਭਗਵਾਨ ਦਾਸ ਕਲੱਬ ਲੰਡੇ। ਹੈਲੋ, ਪਾਣੀ ਵਾਲੀ ਟੈਂਕੀ ਸੀਦੇ ਨੂੰ ਬੇਨਤੀ ਆ ਕਿ ਪਾਣੀ ਵਾਲੀ ਟੈਂਕੀ ਗਰਾਊਂਡ ਦੇ ਵਿੱਚ ਲੈ ਕੇ ਆਵੇ। ਸੀਦੇ ਨੂੰ ਬੇਨਤੀ ਆ ਕਿ ਪਾਣੀ ਵਾਲੀ ਟੈਂਕੀ ਗਰਾਊਂਡ ਦੇ ਵਿੱਚ ਲੈ ਕੇ ਆਵੇ ਛੇਤੀ। ਉਹ ਭਾਈ ਲੜਨਾ ਨੀ ਕਿਸੇ ਨੇ ਵੀ ਗਰਾਊਂਡ ਦੇ ਵਿੱਚ, ਹਾਂ ਕੋਈ ਵੀ ਭਰਾ ਉਹ ਭਾਈ ਲੜ ਨੀ ਰਹੇ, ਪੈਸੇ ਵੰਡੀ ਜਾਂਦੇ ਆ, ਉਹ ਕੋਈ ਗੱਲ ਨੀ।
माणू के गैल वर्से जय सिंह वाला कबड्डी ओपन दिया जड़ियां टीमा पहुंचिया उन्होंने दो मिनटा कहा जाता भी इतने एंटर हो जाओ उस तो बाद कोई टीम एंटर नहीं करनी सिर्फ दो मिनट है जी एक मिनट के 59 सेकंड रह गए जाएगा जब
ਵੱਡਾ ਟ੍ਰਾਂਸਫਰ ਇਵੈਂਟ ਹੈ ਗੁਰਜੀਤ ਸਿੰਘ ਜੂਕੇ ਜੋ 77 ਦਾ 70 ਕਿਲੋ ਦਾ ਪਹਿਲਾ ਤੇ ਦੂਜਾ ਨਾਮ ਦੇਣਾ ਗੁਰਜੀਤ ਸਿੰਘ ਜੂਕੇ ਹਾਂਜੀ ਕਬੱਡੀ ਓਪਨ ਦਾ ਜਿਹੜਾ ਮੈਚ ਆ ਰਾਜਿਆਣਾ ਵਰਸਸ ਡੇਮਰੂ ਦੋਵੇਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾਣ ਹਾਂਜੀ ਖਿਡਾਰੀ ਨੋਟ ਕਰਨ ਜਿਹੜੀ ਟੀਮ ਪਹਿਲਾਂ ਗਰਾਊਂਡ ਵਿੱਚ ਐਂਟਰ ਹੋਊਗੀ ਪਹਿਲੀ ਰੇਡ ਉਸੇ ਟੀਮ ਨੂੰ ਦਿੱਤੀ ਜਾਊਗੀ ਰੈਫਰੀ ਵੀ ਇਹ ਗੱਲ ਨੋਟ ਕਰਨ ਵੀ ਜਿਹੜੀ ਟੀਮ ਪਹਿਲਾਂ ਐਂਟਰ ਹੋਊਗੀ ਉਸੇ ਟੀਮ ਨੂੰ ਪਹਿਲੀ ਰੇਡ ਦਿੱਤੀ ਜਾਊਗੀ ਹਾਂਜੀ ਇਹ ਰਾਜਿਆਣਾ ਆਇਆ ਜੀ ਰਾਜਿਆਣਾ ਦੀ ਟੀਮ ਪਹੁੰਚ ਗਈ ਆ ਜੀ ਡੇਮਰੂ ਵਾਲੇ ਵੀ ਜਲਦੀ ਤੋਂ ਜਲਦੀ ਮੇਰੇ ਵੀਰ ਖਿਡਾਰੀ ਪਹੁੰਚਣ ਡੇਮਰੂ ਇਸ ਤੋਂ ਅਗਲਾ ਮੈਚ ਮਾਣੂਕੇ ਗਿੱਲ ਵਰਸੀ ਜੈ ਸਿੰਘ ਵਾਲਾ ਮਾਣੂਕੇ ਗਿੱਲ ਵਰਸੀ ਜੈ ਸਿੰਘ ਵਾਲਾ ਇਹ ਦੋਵੇਂ ਟੀਮਾਂ ਵੀ ਤਿਆਰ ਰਹਿਣ ਜੀ ਡੇਮਰੂ ਡੇਮਰੂ ਵਾਲੇ ਮੇਰੇ ਵੀਰ ਜਲਦੀ ਪਹੁੰਚੋ ਜੀ ਡੇਮਰੂ ਵਾਲੇ ਮਕਾਨ ਬਣਾ ਗਿਆ
हाँ जी डेमरू वाले मेरे वीर जल्दी ग्राउंड दे विच पहुंचन जी डेमरू वाले माणू के गिल वर्से जय सिंह वाला ये टीम भी पहुंच जान जी बाबा फरीद क्लब फरीदकोट ते बाबा हरिदास क्लब तलवंडी भाई ये टीम भी तैयार है ना जोगे वाला वर्सेज डगरू माणू के गिल वर्सेज जय सिंह वाला दोवें टीम ग्राउंड च पहुंचा जी हाँ जी वो खिडारियों नू भाई जिहड़े डेमरू वाले उन्हां नू थोड़ी जी प्रॉब्लम सी इस करके थोड़ा जिहा 10 क मिंट लेट आ रहे इस करके पहला माणू के गिल वर्से जय सिंह वाला दा मैच करवाया जाऊगा सो दोवें टीमां प्लीज पहुंचो जी माणू के गिल वर्से जय सिंह वाला हाँ जी सनेरवी साहब आ के ग्राउंड दे विच टीमां नू बुलावा देन जी सनेरवी साहब माणू के गिल वर्से जय सिंह वाला ਵੱਡੀ ਓਪਨ ਦੀਆਂ ਟੀਮਾਂ ਨੋਟ ਕਰ ਲੈਣ ਕਿਸੇ ਵੀ ਟੀਮ ਦਾ ਮੈਚ ਪਿੱਛੇ ਨਹੀਂ ਕੀਤਾ ਜਾਣਾ ਸਾਰੀਆਂ ਟੀਮਾਂ ਧਿਆਨ ਦੇਣ ਮਾਣੂ ਕੇ ਗਿੱਲ ਵਰਸੇ ਜੈ ਸਿੰਘ ਵਾਲਾ ਸਿਰਫ 2 ਮਿੰਟ ਜਿਹੜੇ ਗਰਾਊਂਡ ਦੇ ਵਿੱਚ ਲੱਗੇ ਹੋਏ ਨੇ ਸਿਰਫ 2 ਮਿੰਟ ਹੈ ਮਾਣੂ ਕੇ ਗਿੱਲ ਵਰਸੇ ਜੈ ਸਿੰਘ ਵਾਲਾ ਦੌਲੇ ਵਾਲਾ ਵਰਸੇ ਨਿਧਾ ਵਾਲਾ ਇਹ ਸਾਰੀਆਂ ਟੀਮਾਂ ਨੂੰ ਬੇਨਤੀ ਵੀ ਤਕਰੀਬਨ 2 ਵੱਜ ਚੁੱਕੇ ਆ ਸੋ ਕਿਸੇ ਵੀ ਟੀਮ ਦਾ ਆਪਾਂ ਇੰਤਜ਼ਾਰ ਨਹੀਂ ਕਰਾਂਗੇ ਬਾਬਾ ਫਰੀਦ ਕਲੱਬ ਫਰੀਦਕੋਟ ਵਰਸੇ ਤਲਵੰਡੀ ਭਾਈ ਜੋਗੇ ਵਾਲਾ ਵਰਸੇ ਡਗਰੂ ਸ੍ਰੀ ਗੁਰੂ ਹਰਗੋਬਿੰਦ ਹਰ ਰਾਏ ਕਲੱਬ ਡਗਰੂ ਵਰਸੇ ਬਾਬਾ ਭਗਵਾਨ ਦਾਸ ਕਲੱਬ ਲੰਡੂ ਬਾਬਾ ਵਿਧੀ ਚੰਦ ਕਲੱਬ ਸੂਰ ਸਿੰਘ ਵਾਲਾ ਤੇ ਵਕੀਲਾਂ ਵਾਲੇ ਦੀ ਡਾਂਗ ਖੜਕਣੀ ਹੈ ਇਹ ਵੀ ਆਪਣੀ ਤਿਆਰੀ ਕਰ ਲੈਣ ਮਾਲਾ ਖੁਰਦ ਵਰਸੇ ਭਾਈ ਦੇਸਰਾਜ ਕਲੱਬ ਭਲੂਰ ਡੋਲੀ ਭਾਈ ਵਰਸੇ ਫਰੀਦਕੋਟ ਵੀ ਕਾਲੇ ਕੇ ਵਰਸੇ ਰਸੂਲਪੁਰ ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ ਦਾ ਮੈਚ ਰਾਜਿਆਣਾ ਵਰਸੇ ਡੇਵਰੂ ਦੌਲੇ ਵਾਲਾ ਪਿੰਡਾਂ ਵਾਲਾ ਇਹ ਸਾਰੀਆਂ ਟੀਮਾਂ ਧਿਆਨ ਦੇਣ ਜਲਦੀ ਤੋਂ ਜਲਦੀ ਤਿਆਰੀ ਖਿੱਚ ਲੈਣ ਮਾਣੂ ਕੇ ਗਿੱਲ ਤੇ ਜੈ ਸਿੰਘ ਵਾਲਾ ਕਿੱਥੋਂ ਨੇ ਜਲਦੀ ਤੋਂ ਜਲਦੀ ਆਓ ਜੀ ਗਰਾਊਂਡ ਦੇ ਵਿੱਚ ਮਾਣੂ ਕੇ ਗਿੱਲ ਤੇ ਜੈ ਸਿੰਘ ਵਾਲਾ ਜਲਦੀ ਤੋਂ ਜਲਦੀ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਗਰਾਊਂਡ ਖਾਲੀ ਆ ਟਾਈਮ ਹੈ ਨੀ ਮੇਰੇ ਵੀਰੋ ਮਾਣੂ ਕੇ ਗਿੱਲ ਵਰਸੇ ਜੈ ਸਿੰਘ ਵਾਲਾ ਜਿਹੜੀ ਵੀ ਸਾਰੀ ਟੀਮ ਦੋਹਾਂ ਟੀਮਾਂ ਦੇ ਵਿੱਚ ਪਹਿਲਾਂ ਆਉਂਦੀ ਹੈ ਉਸ ਟੀਮ ਨੂੰ ਪਹਿਲੀ ਕਬੱਡੀ ਪਾਉਣ ਦਾ ਮੌਕਾ ਦਿੱਤਾ ਜਾਣਾ ਹੈ ਇਹ ਟੀਮਾਂ ਧਿਆਨ ਦੇਣ ਜਲਦੀ ਤੋਂ ਜਲਦੀ ਆ ਜਾਣ ਮਾਣੂ ਕੇ ਗਿੱਲ ਤੇ ਜੈ ਸਿੰਘ ਵਾਲਾ ਬਿਲਕੁਲ ਗਰਾਊਂਡ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਿਹਾ ਦਰਸ਼ਕ ਵੀਰ ਬੜੇ ਉਤਾਵਲੇ ਨੇ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਇਸ ਲਈ ਜਲਦੀ ਤੋਂ ਜਲਦੀ ਟੀਮਾਂ ਸਾਰੀਆਂ ਆਪਣੇ ਆਪਣੇ ਮੈਚ ਨੋਟ ਕਰਕੇ ਉਸ ਹਿਸਾਬ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਮਾਲਵਾ ਕਲੱਬ ਮੋਗਾ
देखो उस साल साढे वीर काका जी फतेहगढ़ जो उस पिंड बहुत लंबा लगा है बहुत तगड़ी कबड्डी खेली है वह भी साढ़े विशेष तौर पर मौजूद ने धन्यवाद करांगे साढ़े वीर काका जी जिन्हां दी अकैडमी जिहड़ी पंजाब दे खेड मेलिया विच बल्ले बल्ले करा रही है नाल साढ़े विच साढ़े अमन बरार जी लंगियाणा वह भी विशेष तौर पर पुजे ने उन्हां दा भी धन्यवाद करांगे बूटा उबरीयाणा सारे साढ़े मित्र पुजे ने सो जल्दी तो जल्दी दोहे टीमां ग्राउंड दे विच आ जाण बिना किसी देरी तो किसी भी टीम का इंतजार नहीं किया जा रहा ग्राउंड खाली है मानू के गिल वर्से जय सिंह वाला ये टीम कितने ने मानू के भी टीम के लिए सिर्फ डेढ़ मिनट बाकी है क्योंकि जय सिंह वाले की टीम बिल्कुल बाहरले पासे तैयार है टीम जय सिंह वाले की मानू के गिल की टीम को सद्दा दिता जा रहा मेरे वीर जल्दी तो जल्दी टीम होने पुजे ने जिथे भी खिलाड़ी साड़ी वाइड सुनते हैं गड्डिया लागे कर लो आपो अपनिया फटाफट टीम आ जाओ जी मानू के गिल वर्सेस जय सिंह वाले दिया टीमों बार बार अनाउंस की जा रही है ग्राउंड के आ जाण जल्दी तो जल्दी बाबा फरीद क्लब फरीदकोट बाबा हरिदास क्लब तलवंडी भाई ये टीम क्यों नहीं ग्राउंड के आ रही है हेलो हाँ जी एक जरूरी सूचना किसान भरावान भाई 9 तरीक न खेतीबाड़ी महकमे वालों मोगे की दाणा मंडी विखे मेला लाया जा रहा किसान मेला जिस दे विच झोने दीयां नवीयां किस्मां दे बीज किसानां नूं वंडे जाणगे सो किसान वीर उत्थे पहुँच के लाभ उठाओ जी माणू के गिल दी टीम आखिरी काला बाद विच कोई टीम इतराज ना करे कि साडी टीम क्यों कर दित्ती गई है माणू के गिल ते जय सिंह वाला ਇਹ ਟੀਮਾਂ ਦਾ ਪਹਿਲਾ ਮੈਚ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ ਜਲਦੀ ਤੋਂ ਜਲਦੀ ਆ ਜਾਓ ਦੋਹੇ ਟੀਮਾਂ ਬਾਬਾ ਫਰੀਦ ਕਲੱਬ ਫਰੀਦਕੋਟ ਦੀ ਟੀਮ ਕਿੱਥੇ ਹੈ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ ਇਹ ਟੀਮਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਬਿਨਾਂ ਕਿਸੇ ਦੇਰੀ ਤੋਂ ਸਾਰੀਆਂ ਟੀਮਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਬੱਡੀ ਓਪਨ ਦੇ ਮੈਚ ਕੰਟੀਨਿਊਜ ਖੇਡੇ ਜਾ ਰਹੇ ਨੇ कोई मैच पिछे नहीं किया जाना मानू के गिल जल्दी ग्राउंड के आ जाओ मानू के गिल ते जय सिंह वाला भजो भजो जिथे भी राइड सुन दो मेरे वीर बाबा फरीद क्लब फरीदकोट ते बाबा हरिदास क्लब तलवंडी भाई आ जाओ मेरे मित्रों मैदानी मित्रों रेफरी साहबान भी ग्राउंड के आ जाओ क्योंकि टीम आ गई ने ग्राउंड के मानू के गिल ते जय सिंह वाला डेमरू की टीम ग्राउंड के पुजी है राजियाना कितने ने हाँ जी राजियाना ते डेमरू ये दोवें टीमां भी ग्राउंड च पहुंचन जी राजियाणा ते डेमरू
बनारसी इसे नगर का वीर है उन्होंने टूरनामेंट कमेटी वाले याद करते हैं स्टेज से लागे आवे राजियाना वर्सिज डेमरू दोवें टीम ग्राउंड च पहुंचन जी जल्दी राजियाना वर्सिज डेमरू खिडारी वीरों कोई वधिया तुहाडे लई ਇਹ ਗੱਲ ਹੈ ਕਿ ਤੁਹਾਨੂੰ ਬਾਜਾ ਮਾਰਨੀਆਂ ਪੈਣ ਖਿਡਾਰੀ ਤੁਸੀਂ ਬੜੇ ਵਧੀਆ ਹੋ ਜੀ ਨਹੀਂ ਕਰਦਾ ਸੋ ਜਲਦੀ ਤੋਂ ਜਲਦੀ ਸਾਰੀਆਂ ਟੀਮਾਂ ਧਿਆਨ ਦੇ ਵਿੱਚ ਇਹ ਗੱਲ ਨੂੰ ਲੈਣ ਗਰਾਊਂਡ ਦੇ ਵਿੱਚ ਆ ਜਾਣ ਮਾਨੂ ਕੇ ਗਿੱਲ ਤੇ ਜੈ ਸਿੰਘ ਵਾਲਾ ਰਾਜਿਆਣਾ ਤੇ ਡੇਵਰੂ ਆਓ ਜੀ ਮੈਚ ਸ਼ੁਰੂ ਕਰੀਏ ਦੋਵੇਂ ਟੀਮਾਂ जल्दी आ जाओ जल्दी ग्राउंड दे टीमां राजियाना ते डेमरू का मैच जिहड़ा शुरू हो जा रहा खेल मैदान दे विच नाल ही मानू के गिल ते जय सिंह वाला ये टीमां किथे ने जल्दी तो जल्दी टीम ग्राउंड के विच आ जाण जिवें जिवें बुलाया जा रहा खिडारी वीर साडा सहयोग देण खुखराणे की धरती संतां पुरशां की धरती है खिडारियां की धरती है सो आओ पंजवें साल के विच अज का फाइनल दिन कबड्डी ओपन के मैच शुरू हो जा रहे हैं पहला तुसीं कबड्डी 70 किलो के बहुत वधिया मैच देखे ने आओ दोनों टीम सेंटर लाइन पे जल्दी तो जल्दी राजियाना कित्थे है ओ भज्जिओ भराई भज्जिओ भज्जिओ मेरे वीर किरां मारू ते गिल ते जय सिंह वाला राजियाना तो डेवरू मानू के गिल जय सिंह वाला बाबा फरीद क्लब फरीदकोट से बाबा हरिदास क्लब तलवंडी भाई श्री गुरु हर राय क्लब डगरू से बाबा भगवान दास क्लब लंडे माला खुर तो भाई देसराज क्लब भलूर डोली भाई तो फरीदकोट बी दी टीम ये जल्दी तो जल्दी ग्राउंड के लागे आ जा जिवें जिवें बुलाया जा रहा डेमरू की टीम ग्राउंड के राजियाने बेनती की जाती है कि जल्दी तो जल्दी टीम ग्राउंड के आ जा राजियाना ठीक आ जाओ भराओ आ जाओ मैच शुरू करो जी कौर सिंह जी मचाकी पिंड वाले हाँ जी हाँ जी हाँ जी डेमरू के राजियाने दी टीम पहुंच गई जी बिल्कुल पहुंच चुकी ने जी ग्राउंड के मैच शुरू हो जा रहा खेल मैदान दे विच हेलो हाँ जी स्कोर कीपर प्लीज नोट करन स्कोर कीपर ये जिहड़ा मैच आ 9:30 दस दा होएगा जी ठीक है जी 9:30 या 10 ते इन्हां दी जीतार होनी है खेल मैदान दे विच अगला मैच मानू के गिल ते जय सिंह वाला जिहड़ी सारी टीम पहला ग्राउंड दे विच आ गई उन्होंने पहली कबड्डी पाने का मौका दिता जाना टीम ध्यान देन बाबा फरीद क्लब फरीदकोट वर्से बाबा हरिदास क्लब तलवंडी भाई नू बेनती है ये भी जल्दी तो जल्दी ग्राउंड के आ जा चलते हुए मैच के विच विच टीम साढ़े लागे आ जा लो राजियाने की टीम जी है बिल्कुल आप देख रहे हैं भी चढ़ते वाले पासे हो गई है राजियाना और डेमरू की टीम लेंदे वाले पासे आ मैच बहुत वधिया शुरू हो जा रहा है खेल मैदान विच सच्चे पातशाह की कृपा है और आओ पंजवें साल के विच
ਖਖਰਾਣੇ ਪਿੰਡ ਵੱਲੋਂ ਬਹੁਤ ਹੀ ਵਧੀਆ ਜਿਹੜਾ ਕਬੱਡੀ ਦਾ ਮਹਾਂਕੁੰਭ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਰਵਾਇਆ ਜਾ ਰਿਹਾ ਔਰ ਪਹਿਲਾ ਪੁਆਇੰਟ ਲੈ ਕੇ ਨੌਜਵਾਨ ਰਾਜੇ ਵਾਲੀਆ ਪਾਪੂ ਗੁਰਦਿਆਲ ਸਿੰਘ ਬਿੱਲੂ ਦਾ ਪਿੰਡ ਹੈ ਜ਼ਿਲ੍ਹੇ ਮੋਗੇ ਦੇ ਪਿੰਡ ਵਾਲਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੋਰਾ ਰੋਕਾ ਹੈ ਆਪਣੀ ਤਿਆਰੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਸਾਢੇ ਨੌ ਜਾਂ ਦਸ ਤੇ ਜਿੱਤਾਂ ਰੋ ਰਹੀ ਹੈ ਔਰ ਇਹਨਾਂ ਪੁਆਇੰਟਾਂ ਦੇ ਵਿੱਚ ਵਿੱਚ ਅਗਲੀਆਂ ਟੀਮਾਂ ਮਾਨੂ ਕੇ ਗਿੱਲ ਤੇ ਜੈ ਸਿੰਘ ਵਾਲਾ ਗਰਾਊਂਡ ਦੇ ਲਾਗੇ ਆ ਜਾਓ ਮੇਰੇ ਵੀਰ ਕਿਸੇ ਵੀ ਟੀਮ ਦਾ ਇੰਤਜ਼ਾਰ ਨਹੀਂ ਕੀਤਾ ਜਾਣਾ ਲਓ ਸਾਹਮਣੇ ਖੇਡਾਂ ਵਿੱਚੋਂ ਖੇਡ ਕਬੱਡੀ ਜਿੰਦ ਜਾਨ ਪੰਜਾਬੀਆਂ ਦੀ ਵਿੱਚ ਵਿਦੇਸ਼ਾਂ ਉੱਚੀ ਕਰਤੀ ਸ਼ਾਨ ਪੰਜਾਬੀਆਂ ਦੀ ਵਾਂਗ ਮਿਸਾਲਾਂ ਜੋਸੇ ਜਗਦੇ ਨੇ ਧਰਮਾਂ ਦੇ ਪਰਖੇ ਜਾ ਰਹੇ ਵਿੱਚ ਵਿਧਾਨ ਦੇ ਜੋਰ ਜਵਾਨਾਂ ਦੇ ਹੁਣ ਜੋਰ ਪਰਖੇ ਜਾ ਰਹੇ ਨੇ ਖੁੱਲੇ ਵਜਨ ਦੀ ਕਬੱਡੀ ਹੈ ਖੁੱਲੀ ਮਾਇਆ ਦਿੱਤੀ ਜਾ ਰਹੀ ਹੈ ਬੈਸਟ ਰੇਡਰ ਤੋਂ ਜਾਫੀ ਦੇ ਲਈ ਦੋ ਜਿਹੜੀਆਂ ਮਸ਼ੀਨਾਂ ਨੇ ਕੱਪੜੇ ਧੋਣ ਵਾਲੀਆਂ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਨੇ ਅੱਜ ਆਪਾਂ ਦੇਖਾਂਗੇ ਵੀ ਕਿਹੜਾ ਗੱਭਰੂ ਹੋਵੇਗਾ ਜਿਹੜਾ ਜਿੱਤ ਕੇ ਲੈ ਕੇ ਜਾਵੇਗਾ ਖੁਖਰਾਣੇ ਪਿੰਡ ਦਾ ਵੇਲਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਗੋਰੇ ਨੇ ਪਾਈ ਹੈ ਆਓ ਸਾਹਮਣੇ ਚਾਰ ਜਾਫੀ ਰਾਜਿਆਂ ਦੇ ਪਿੰਡ ਦੇ ਹੁਣ ਕਿਹੜਾ ਸ਼੍ਰੀਮਾਨ ਦਾ ਸ਼ੋਰ ਪੋਤਾ ਹੈ ਜਿਹੜਾ ਇਹ ਡੇਵਰੂ ਦੇ ਗੱਭਰੂ ਨੂੰ ਡੱਕ ਪਾਵੇਗਾ ਪਰ ਪੁਆਇੰਟ ਲੈ ਕੇ ਨੌਜਵਾਨ ਵਾਪਸ ਮੁੜਦਾ ਹੋਇਆ ਮਚਾਕੀ ਪਿੰਡ ਦਾ ਕੌਰ ਸਿੰਘ ਫੈਸਲੇ ਕਰਦਾ ਖੇਡ ਮੈਦਾਨ ਦੇ ਵਿੱਚ ਅਗਲੀਆਂ ਟੀਮਾਂ ਮਾਨੂ ਕੇ ਗਿੱਲ ਤੇ ਜੈ ਸਿੰਘ ਵਾਲਾ ਜਲਦੀ ਤੋਂ ਜਲਦੀ ਗਰਾਊਂਡ ਦੇ ਲਾਗੇ ਆ ਜਾਓ ਮੇਰੇ ਵੀਰ ਹੁਣ ਇਸ ਤੋਂ ਅੱਗੇ ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਨਹੀਂ ਹੈ ਜਿਹੜੀ ਟੀਮ ਸਮੇਂ ਦੇ ਵਿੱਚ ਨਹੀਂ ਪੁੱਜਦੀ ਸੋ ਦੂਸਰੀ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਣਾ ਹੈ ਇਹ ਸਾਰੀਆਂ ਟੀਮਾਂ ਧਿਆਨ ਦੇਣ ਟਾਈਮ ਬਹੁਤ ਜ਼ਿਆਦਾ ਹੋ ਗਿਆ ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਹੈ ਸੋ ਜਲਦੀ ਤੋਂ ਜਲਦੀ ਮਾਨੂ ਕੇ ਗਿੱਲ ਤੇ ਜੈ ਸਿੰਘ ਵਾਲਾ ਕਿਉਂਕਿ ਪੂਰੀ ਦੁਨੀਆ ਜਿਹੜੀ ਪੰਜਾਬ ਲਾਈਵ 1.com ਦੇ ਰਾਹੀਂ ਜੁੜੀ ਹੋਈ ਹੈ ਲਓ ਸਾਹਮਣੇ ਕਬੱਡੀ ਪੈ ਚੁੱਕੀ ਹੈ ਔਰ ਚਾਰ ਜਾਫੀ ਹੁਣ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਛੀਣੀਆਂ ਮਾਵਾਂ ਦੇ ਛੋ ਪੁੱਤ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਕੀ ਇਹ ਭਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਏ ਇੱਥੇ ਮੇਲੇ ਅਖਾੜਿਆਂ ਦੀ ਇਹ ਰੀਤ ਪੁਰਾਣੀ ਏ ਇਹ ਭਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਏ ਮਾਲਵੇ ਦੀ ਧਰਤੀ ਹੈ ਔਰ ਦੂਸਰੇ ਪਾਸੇ ਡੇਬਰੂ ਪਿੰਡ ਵਾਲਾ ਲਓ ਖੇਡ ਮੈਦਾਨ ਦੇ ਵਿੱਚ ਬਹੁਤ ਹੀ ਸੋਹਣਾ ਲੌਕ ਲਾਉਂਦਾ ਹੋਇਆ ਕਿ ਗੁੱਟ ਫੜ ਕੇ ਜਦ ਕੈਂਚੀ ਜੜ ਹੋ ਜਾਵੇ ਫਿਰ ਸਾਰੇ ਦਰਸ਼ਕ ਵੀ ਕਹਿੰਦੇ ਨੇ ਕਿ ਰੇਡਰ ਹੁਣ ਫੜ ਹੋ ਜਾਵੇ ਲੱਗਾ ਹੋਇਆ ਰੋਪੜੀਆ ਪਾਲਾ ਪੁਆਇੰਟ ਜਾਫੀ ਦਾ ਕਬੱਡੀ ਗੋਰੇ ਦੀ ਖੇਡ ਮੈਦਾਨ ਦੇ ਵਿੱਚ ਹੈ ਅਗਲੇ ਮੁਕਾਬਲੇ ਦੀਆਂ ਸਭ ਟੀਮਾਂ ਆਪਣੀ ਤਿਆਰੀ ਖਿੱਚ ਲੈਣ ਔਰ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਨਾਲ ਜਿਵੇਂ ਜਿਵੇਂ ਟੀਮਾਂ ਨੂੰ ਸੱਦਿਆ ਜਾਵੇ ਉਸੇ ਦਿਨ ਟੀਮਾਂ ਆਪੋ ਆਪਣੇ ਮੈਚ ਖੇਡ ਲੈਣ ਚੱਲ ਵੀ ਭਲਵਾਨਾ ਪਾ ਕਬੱਡੀ ਸਾਹਮਣੇ ਅੱਜ ਆਪਾਂ ਦੇਖਦੇ ਵੀ ਖਖਰਾੜੇ ਦੀ ਧਰਤੀ ਤੇ ਦੁਨੀਆਂ ਦੇ ਹੀਰੇ ਖਿਡਾਰੀ ਪੁੱਜੇ ਨੇ ਕੱਲ ਦਾ ਦਿਨ ਹੋਵੇਗਾ ਬਘੇਲੇ ਵਾਲੇ ਦੀ ਧਰਤੀ ਤੇ ਕਬੱਡੀਆਂ ਪੈਣਗੀਆਂ ਔਰ ਸਾਹਮਣੇ ਦੇਖਾਂਗੇ ਆਪਾਂ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਜੱਫਾ ਇਸ ਨੌਜਵਾਨ ਗੱਭਰੂ ਸੁੱਖੇ ਦਾ ਖੇਡ ਮੈਦਾਨ ਦੇ ਵਿੱਚ ਬਹੁਤ ਹੀ ਸੋਹਣੀ ਖੇਡ ਖੇਡੀ ਜਾ ਰਹੀ ਹੈ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਹੈ ਔਰ ਪੁਆਇੰਟ ਇਸ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਚੱਲ ਵੀ ਨੌਜਵਾਨ ਦਾ ਪਾ ਕਬੱਡੀ ਕੱਲੇ ਕੱਲੇ ਮੁੰਡੇ ਤੇ ਜਵਾਨੀ ਪੂਰੀ ਹੈ ਕੱਲੇ ਕੱਲੇ ਗੱਭਰੂ ਨੇ ਚੁੰਗੀ ਪੂਰੀ ਹੈ ਸਰੂ ਜਿਹੇ ਕੱਦ ਜਿਸਮੇ ਫਲਾ ਜੇ ਖੇਡਦੇ ਕਬੱਡੀ ਗੱਭਰੂ ਪੰਜਾਬ ਦੇ ਕੀ ਖੇਡਦੇ ਕਬੱਡੀ ਗੱਭਰੂ ਪੰਜਾਬ ਦੇ ਆਉਂਦਾ ਨੌਜਵਾਨ ਰੋਬਟ ਪੁਆਇੰਟ ਲੈ ਕੇ ਆਪਣੀ ਟੀਮ ਦੇ ਲਈ ਸੋ ਅਗਲੀਆਂ ਦੋਹੇ ਟੀਮਾਂ ਆ ਜਾਓ ਗਰਾਊਂਡ ਦੇ ਵਿੱਚ ਮਾਨੂ ਕੇ ਗਿੱਲ ਤੇ ਜੈ ਸਿੰਘ ਵਾਲਾ ਜਿੱਥੇ ਵੀ ਟੀਮਾਂ ਵਾਈ ਨੂੰ ਸੁਣਦੀਆਂ ਨੇ ਜਲਦੀ ਤੋਂ ਜਲਦੀ ਸਾਡੇ ਲਾਗੇ ਰਹਿਣ ਸਭ ਟੀਮਾਂ ਬੜੇ ਪਿਆਰ ਦੇ ਨਾਲ ਪੁੱਜੀਆਂ ਨੇ ਆਪਾਂ ਧੰਨਵਾਦ ਕਰਾਂਗੇ ਇਹਨਾਂ ਖਿਡਾਰੀਆਂ ਦਾ ਸੱਚੇ ਪਾਤਸ਼ਾਹ ਮੇਹਰ ਕਰੇ ਪੰਜਾਬ ਦੇ ਗੱਭਰੂਆਂ ਦੇ ਉੱਤੇ ਸੋ ਜਿਹੜੇ ਵਿਸ਼ੇਸ਼ ਤੌਰ ਤੇ ਖਿਡਾਰੀ ਪੁੱਜੇ ਨੇ ਸਭ ਦਾ ਧੰਨਵਾਦ ਹੈ ਸ਼੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਔਰ ਪਿੰਡ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਆਏ ਹੋਏ ਦਰਸ਼ਕ ਵੀਰਾਂ ਦਾ ਔਰ ਖਿਡਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾ ਰਿਹਾ ਜਿੰਨੇ ਵੀਰ ਨਿੱਟ ਦੇ ਨਾਲ ਜੁੜੇ ਨੇ
ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਾ ਰਿਹਾ ਇਸ ਕਬੱਡੀ ਨੂੰ ਤੱਕਣ ਵਾਲੇ ਸੱਜਣਾ ਦਾ। ਲਓ ਦੂਸਰੇ ਪਾਸੇ ਗੱਭਰੂ ਹੱਥਾਂ ਚੋਂ ਨਿਕਲ ਗਿਆ ਫੈਟ ਸਾਹਮਣੇ ਲੈ ਕੇ ਰੋਪਟ ਆਪਣੀ ਟੀਮ ਦੇ ਲਈ ਵਾਧਾ ਕਰਦਾ ਹੋਇਆ। ਕਿਹੜੀ ਜੇਤੂ ਆ ਜੀ ਇਸ ਮੁਕਾਬਲੇ ਦੇ ਵਿੱਚੋਂ? ਡੇਮਰੂ ਦੀ ਟੀਮ ਜੇਤੂ ਆ ਜੀ, ਨੋਟ ਕਰ ਲਓ ਡੇਮਰੂ ਦੀ ਟੀਮ ਜਿੱਤ ਚੁੱਕੀ ਹੈ। ਲਓ ਖੇਡ ਮੈਦਾਨ ਦੇ ਵਿੱਚ ਮਾਨੂ ਕੇ ਗਿੱਲ ਦਾ ਭੀਮ ਖੇਡ ਮੈਦਾਨ ਦੇ ਵਿੱਚ ਆ ਮੱਥਾ ਟੇਕਿਆ ਨੌਜਵਾਨ ਨੇ, ਨਾਲ ਦਾਲੇ ਪਿੰਡ ਦੇ ਆਤਮੇ ਨੂੰ ਲੈ ਕੇ ਪੁੱਜੇ ਨੇ ਸਾਡੇ ਮਿੱਤਰ। ਸਵਾਉ ਦੇਖਾਂਗੇ ਬਹੁਤ ਤਕੜਾ ਮੈਚ ਖੇਡਿਆ ਜਾਵੇਗਾ ਖੇਡ ਮੈਦਾਨ ਦੇ ਵਿੱਚ। ਦੋਨੋਂ ਟੀਮਾਂ ਆਪੋ ਆਪਣੇ ਪਾਸੇ ਲੈ ਲਓ ਤੇ ਇੱਕ ਪਾਸੇ ਮੁੰਡਾ ਪੁੱਜਿਆ ਫਿਰੋਜ਼ਪੁਰੀਆ, ਕੁਝ ਸਟੰਟ ਕਰੇਗਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਮੌਕਾ ਮਿਲਿਆ ਜ਼ਰੂਰ। ਮਾਨ ਸਨਮਾਨ ਤੁਸੀਂ ਕਰਿਆ ਜੀ ਸਰ ਰੱਗ ਦੇ ਨਾਲ ਇਸ ਗੱਭਰੂ ਨੇ ਸਰੀਆ ਬੋਲਣਾ ਹੈ ਜੈ ਸਿੰਘ ਵਾਲਾ। ਆਓ ਦੋਨੋਂ ਟੀਮਾਂ ਸੈਂਟਰ ਲਾਈਨ ਤੇ, ਬਾਬਾ ਫਰੀਦ ਕਲੱਬ ਫਰੀਦਕੋਟ ਤੇ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ ਦੀਆਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ। ਮਾਨੁਕੇ ਦੇ ਸੱਤੇ ਨੂੰ ਵੀ ਇੱਥੇ ਪੁੱਜਣ ਤੇ ਆਪਾਂ ਧੰਨਵਾਦ ਕਰਾਂਗੇ ਇਸ ਗੱਭਰੂ ਦਾ ਵੀ ਖੇਡ ਮੈਦਾਨ ਦੇ ਵਿੱਚ। ਹਾਂਜੀ, ਇਸ ਤੋਂ ਬਾਅਦ ਜਿੰਨੇ ਵੀ ਖਿਡਾਰੀ ਗਰਾਊਂਡ ਦੇ ਵਿੱਚ ਐਂਟਰ ਕਰਨਗੇ ਕੋਈ ਖਿਡਾਰੀ ਟੀ ਸ਼ਰਟ ਅੰਦਰ ਲੈ ਕੇ ਨਾ ਆਵੇ ਜੀ। ਰੈਫਰੀ ਸਾਹਿਬਾਨ ਇਸ ਗੱਲ ਦਾ ਧਿਆਨ ਰੱਖਣ ਬਈ ਕੋਈ ਵੀ ਖਿਡਾਰੀ ਟੀ ਸ਼ਰਟ ਲੈ ਕੇ ਅੰਦਰ ਐਂਟਰ ਨਾ ਹੋਵੇ। ਹਾਂਜੀ, ਗੇਟ ਵਾਲੇ ਬੰਦੇ ਵੀ ਧਿਆਨ ਰੱਖਣ ਟੀ ਸ਼ਰਟਾਂ ਇੱਥੇ ਲਵਾ ਕੇ ਅੰਦਰ ਆਉਣ ਦੇਣਾ ਕੋਈ ਵੀ ਖਿਡਾਰੀ ਹੋਵੇ। ਹਾਂਜੀ, ਦੌਲੇ ਵਾਲੇ ਦਾ ਜੇ ਕੋਈ ਖਿਡਾਰੀ ਇੱਥੇ ਹੈ ਤਾਂ ਸਾਡੇ ਕੋਲ ਸਟੇਜ ਉੱਤੇ ਆਵੇ ਜੀ। ਦੌਲੇ ਵਾਲਾ ਓਪਨ ਟੀਮ ਦਾ ਮੈਚ ਸ਼ੁਰੂ ਹੋਣ ਜਾ ਰਿਹਾ, ਇੱਕ ਪਾਸੇ ਦੇਖਾਂਗੇ ਮਾਨੂ ਕੇ ਗਿੱਲ ਹੈ। ਹਾਂਜੀ, ਇੱਧਰ ਜਵਾਨ ਸਰੀਆ ਮੋੜ ਰਿਹਾ ਜੀ ਸਟੇਜ ਦੇ ਅੱਗੇ ਦੇਖੋ। ਅਗਲੀਆਂ ਦੋਹੇ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਲਓ ਮੈਚ ਖੇਡ ਮੈਦਾਨ ਦੇ ਵਿੱਚ, ਠੀਕ ਹੈ ਜੀ, ਸਾਢੇ ਨੌ ਜਾਂ ਦਸ ਤੇ ਜੇਤਾ ਰੋਣੀ ਸਾਰੇ ਮੈਚਾਂ ਦੀ। ਅਗਲੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਬਾਬਾ ਫਰੀਦ ਕਲੱਬ ਫਰੀਦਕੋਟ ਵਰਸੇ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ ਮਾਨੂਕੇ ਦੀ ਟੀਮ ਜਿਹੜੀ ਤੁਸੀਂ ਸਾਹਮਣੇ ਦੇਖਦੇ ਹੋ ਵੀ ਚੜ੍ਹਦੇ ਵਾਲੇ ਪਾਸੇ ਹੈ ਮਿੱਤੋ ਪੁੱਜਿਆ। ਆਓ ਸਾਹਮਣੇ ਮੇਨੀਆਂ ਵਾਲਾ ਹਰ ਇੱਕ ਪਾਸੇ ਦੇਖਾਂਗੇ ਆਪਾਂ ਖੇਡ ਮੈਦਾਨ ਦੇ ਵਿੱਚ। ਦਾਲੇ ਪਿੰਡ ਦੇ ਦੋ ਕਦੇ ਵੀ ਜਾਫੀ ਉੱਡਣੇ ਸੱਤਾਂ ਦੇ ਨਾਲ ਪੂਰੇ ਮਸ਼ਹੂਰ ਨੇ। ਅੱਜ ਆਤਮਾ ਇਸ ਟੀਮ ਦਾ ਮੇਨ ਜਾਫੀ ਬਣ ਕੇ ਖੇਡੇਗਾ ਖੇਡ ਮੈਦਾਨ ਦੇ ਵਿੱਚ ਔਰ ਬਹੁਤ ਹੀ ਵਧੀਆ ਮੈਚ ਹੈ। ਪਹਿਲੀ ਸੱਟੇ ਪਹਿਲਾ ਜੱਫਾ ਪਿਆਰ ਦੇ ਨਾਲ ਇਸ ਗੱਭਰੂ ਨੂੰ ਲੱਗਦਾ ਹੋਇਆ। ਬਾਬਾ ਫਰੀਦ ਕਲੱਬ ਫਰੀਦਕੋਟ ਤੇ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ ਵਾਲੇ ਸਾਹਮਣੇ ਮੈਂ ਦੇਖ ਰਿਹਾ ਵੀ ਲਾਲ ਸਿੰਘ ਦਾ ਪੁੱਤ ਕਦਮ ਵਧਾਉਂਦਾ ਹੋਇਆ ਆਪਣੇ ਇਸ ਪਾਲੇ ਵੱਲੋਂ ਆ ਰਿਹਾ ਹੈ। ਸੋ ਦੂਸਰੀ ਟੀਮ ਨੂੰ ਬੇਨਤੀ ਕਰਾਂਗਾ ਫਰੀਦਕੋਟੀਆਂ ਨੂੰ ਇਹ ਵੀ ਜਲਦੀ ਤੋਂ ਜਲਦੀ ਗਰਾਊਂਡ ਦੇ ਲੱਗ ਗਿਆ ਜਾਣ। ਚੱਲ ਵੀ ਕੁਲਵਿੰਦਰ ਸਿੰਘ ਪਾ ਕਬੱਡੀ ਮਾਨੂ ਕੇ ਗਿੱਲ ਦੇ ਜੀਵਨ ਦੀ ਪੂਰੀ ਦੁਨੀਆਂ ਦੇ ਵਿੱਚ ਚੜ੍ਹਾਈ ਮੇਰੇ ਵੀ ਉਹ ਵੀ ਖਿਡਾਰੀ ਪੁੱਜਿਆ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਬਹੁਤ ਵਧੀਆ ਜਿਹੜੇ ਮੈਚ ਹੋਣਗੇ ਪਹਿਲੇ ਰਾਊਂਡ ਦੀ ਖੇਡ ਤੋਂ ਬਾਅਦ ਫਿਰ ਦੂਸਰਾ ਰਾਊਂਡ ਜਦ ਆਵੇਗਾ ਤੇ ਕੱਲੀ ਕੱਲੀ ਕਬੱਡੀ ਜਿਹੜੀ ਹੈ ਪੱਬਾ ਭਾਰ ਹੋ ਕੇ ਦੇਖਣੀ ਪੈਣੀ ਹੈ ਕਿਉਂਕਿ ਦੁਨੀਆਂ ਦੇ ਸੁਪਰ ਸਟਾਰ ਖਿਡਾਰੀਆਂ ਦੇ ਨਾਲ ਲਿਸ ਹੋ ਕੇ ਟੀਮਾਂ ਪੁੱਜੀਆਂ ਨੇ। ਤਿੰਨ ਤਿੰਨ ਖਿਡਾਰੀ ਜਿਹੜੇ ਬਾਹਰਲੇ ਪਿੰਡਾਂ ਦੇ ਵਿੱਚੋਂ ਪਾਏ ਜਾ ਰਹੇ ਨੇ, ਇਸ ਲਈ ਟੀਮਾਂ ਬਹੁਤ ਤਕੜੀਆਂ ਜਿਹੜੀਆਂ ਬਣ ਚੁੱਕੀਆਂ ਨੇ। ਬੜੇ ਵਧੀਆ ਖਿਡਾਰੀ ਪੁੱਜੇ ਨੇ, ਸਾਰਿਆਂ ਦਾ ਧੰਨਵਾਦ ਕਰਾਂਗੇ। ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੁੰਡਾ ਗੱਡੀ ਆਫ ਸਾਈਡ ਲੈ ਗਿਆ, ਕੋਈ ਗੱਲ ਨੀ, ਪੁੱਜ ਤਾਂ ਗਿਆ ਸੁੱਖੀ ਸੰਦ ਦੀ, ਕੋਈ ਗੱਲ ਨੀ। ਉਹ ਭਾਈ ਜਿਹੜੇ ਪਾਣੀ ਵਾਲੇ ਡਿਊਟੀ ਦੇ ਉੱਤੇ ਇੱਧਰਲੇ ਪਾਸੇ ਆ ਕੇ ਬੈਠ ਜਾਓ, ਖਾਂ ਕਈ ਵਾਰ ਭੁਲੇਖਾ ਲੱਗ ਜਾਂਦਾ, ਇੱਧਰਲੇ ਪਾਸੇ ਆ ਕੇ ਬੈਠੋ। ਲਓ ਖੇਡ ਮੈਦਾਨ ਦੇ ਵਿੱਚ ਬਹੁਤ ਹੀ ਸੋਹਣਾ ਪੁਆਇੰਟ ਲੈ ਕੇ ਨੌਜਵਾਨ ਸੱਤਾ ਵਾਪਸ ਮੁੜਦਾ ਹੋਇਆ।
तलवंडी भाई वाले बिल्कुल तैयार होते ग्राउंड के लाके मैं देख रहा भी सरदार परमजीत सिंह का पुत भी विशेष तौर पर सुखा पुज गया शूशक पिंड वाला अज देखांगे तलवंडी भाई दियां सज्जियां बाहां बन के काम करेगा नौजवान बहुत ही तकड़ी खेड होगी खेड मैदान बेनती करांगे बाबा फरीद क्लब नूं जल्दी तो जल्दी फरीदकोट दी टीम तलवंडी भाई दे नाल खेडण दे लई तैयार होके ग्राउंड दे लागे आ जाण और नाल ही इस तों अगे श्री गुरु हर राय क्लब डगरो बरसो बाबा भगवान दास क्लब लंबे ये भी टीम जल्दी तो जल्दी अपनी तैयारी फट के ग्राउंड दे लागे आ जाण जिवें जिवें टीमां नूं बुलाया जा रहा चल भी गभरूआ पा कबड्डी लायक पासे और देखना भी जय सिंह वाले का गभरू है और पहली सत्ते जफा खा चुके खेड मैदान दे विच फाइट मानू के गिल दी टीम दे हिस्से दे विच जुड़दा आ चल भी नौजवाना पा कबड्डी लो सामने दुनिया का होश में हिंद खिलाड़ी भीम बोच बोच के पब रखदा खुखराने की धरती के उत्ते आके नौजवान ने रौनक लाई है और दूसरे पासे जय सिंह वाले का गभरू मूहरे अर्धा चट्टान की तरह पर नौजवान बड़े प्यार दे नाल अपनी मंजिल तय करदा होया भीम प्यार दे नाल कोई गल इत्थे पानी छिड़क दे थोड़ा जिहा फरीदकोट की टीम आ गई भी फरीदकोट चलते मैच के विच पुजना जरूरी है जल्दी तो जल्दी टीमों को बेनती है जिवें जिवें बुलाया जा रहा उस तरह टीम खेड मैदान दे विच आ जाण लाओ सामने खेड मैदान दे विच बा ओ नौजवान खिच के लागे करदा आ वाह सोड़िया वैट मानू के गिल दी टीम दे हिस्से दे विच जुड़दा होया कुलविंदर सिंह अगली उड़ान फिर भरन दे लई तैयारी करदा होया चल भी नौजवाना कटारी साहब पिछे मुड़ो जी महाराज इधर दी इधर गेट रखा तुहाडे वास्ते इधर लेंदे पासे गेट रखा होया इधर स्टेज वल्लों दी कोई ना वड़े यार इधरों ना वड़न दिया करो रहिंदे खिलाड़ी उधरले पासे दी आओ जी नाले टी शर्टां बाहर ला के वीरे तो चेक हो गए टी शर्ट अपनी बार उतार के मेरे भीर बड़े प्यार दे नाल ग्राउंड दे विच आउणा है मानू के गिल दी टीम जीतू भाजी नोट कर लो मानू के गिल जीत चुके ने बाबा फरीद क्लब फरीदकोट ते बाबा हरिदास क्लब तलवंडी भाई सेंटर लाइन ते आ जाओ श्री गुरु हर राय क्लब डगरो ते बाबा भगवान दास क्लब लंडे ये टीमां भी जल्दी तो जल्दी साढ़े लागे आ जाण टी शर्टां बाहर उतारनिया ने तुसी अपनिया एक खास ध्यान देना निर्मल सिंह बुटर तो पुजिया हैंडीकैप्टा गरीब लत्तां जिहड़ियां दोनों तो आ रही है पेट जिहड़ा ये खाण दे लई मंगदा इहदे लई गुजारा करन दे लई पुजिया नौजवान अपनी कचहरी दे विच जरूर तुसी इस गभरू का मान सम्मान करना 70 किलो की बैंक प्रेस ला रहा है दोहे लत्तां काम नहीं कर दिया बिल्कुल एक बार जोरदार तारियां मार दो इस नौजवान दे लई आ गया शूशक की धरती का घोड़ी देखांगे खेड मैदान दे विच बहुत तकड़ा मैच खेडिया जाना है जरूर तेरा मान सम्मान किया जाना नौजवान का इन्हां परिवारों वालों श्री गुरु हर राय क्लब डगरू ते बाबा भगवान दास क्लब लंडे जल्दी तो जल्दी ग्राउंड दे विच आ जाओ लाओ तलवंडी भाई दी टीम चढ़दे वाले पासे हो गए ने गगन ते रमन अपनी टीम नूं लैके इस तों अगले मैच दी जिहड़ी कमेंट्री आ उह बूटा सिंह उमरीवाने वाला उह करनगे जी इस तों अगले आ जा भी आ जा भलवाना फटाफट श्री गुरु हर राय क्लब डगरू ते बाबा भगवान दास क्लब लंडिया दी टीम नूं बेनती है
भी चलते मैचों के बिच बिच टीम जल्दी पुजन। पहली कबड्डी कोनी नौजवान फिरोजपुरी है, सरदार हरबंस सिंह का पुत शूशक वाला, अज कहते भी तलवंडी भाई का पुत बन के खेलता है। लाले उड़ा दी कबड्डी के वारस पुजे ने, नवदीप डीसी उड़ा का पिंड है। लो सब ने कबड्डी पाई, एक पास परमजीत सिंह का पुत है और दो नंबर तो सब ने धीवे नौजवान ने बहुत सोहनी खुच कढ़ी है और अपनी टीम के लिए बहुत सोहना पॉइंट जिहड़ा है जोड़ दिता है। लो अगली कबड्डी बाबा फरीद क्लब अडवेंट बहुत तकड़ी कबड्डी खेली इस नौजवान ने। कैनेडा 2010 की गल करिए, सबने बब्बी नौजवान है मुदकी पिंड वाला, आओ अज फिर तलवंडी भाई का पुत बन के खेलता है। लो सबने पहली कबड्डी पाई है गबरू ने और दूसरे पास फरीदकोटिया नौजवान है नहीं डक सकया इस पलवान को और पॉइंट तलवंडी भाई के हिस्से के जुड़ता हुआ। चल भी नौजवाना पा कबड्डी, लो हुण सामने देखना भी फरीदकोटिया की कबड्डी पाई है ते दूसरे पासे चार जाफी है, बहुत सोहनी खेल का प्रदर्शन कर रहे ने। आपां देखांगे कि दूसरे राउंड दे विच मैच बहुत ही तकड़े बढ़ जा रहे ने। लो सामने एक पासे लाल सिंह लाले का भतीजा, कहते भी मूहरे अड़के हौसला करके बहुत तकड़े तकड़े धारियां ने लौटाउण वाला आ नौजवान है गगन, बहुत सोहनी खेल का मालिक है। तलवंडी भाई दे एक पॉइंट का वाधा करता हुआ लो हीरे की पैंदी हुई अगली कबड्डी है। जिन्हां टीमां दे मैच बोले जा रहे ने टीम उस हिसाब के नाल आप अपनी तैयारी करके इधरले पासे मेन गेट बढ़िया है, इस रस्ते दे राही टीम ने एंटर होना, कोई रस्ता होर नहीं अपना। हरेक टीम ने टी शर्ट बाहर उतार के ग्राउंड के फिर आना है। यह सारिया टीम ध्यान देन, लो सामने कबड्डी खेड मैदान दे विच गभरू बिल्कुल नाजुक जे शरीर वाला ते दूसरे पासे तलवंडी भाई का धीरा ला सोहना जफा मुंडे नूं बाहर कढ़न दे विच कामयाब हो चुकिया और क्वाइट तलवंडी भाई दे हिस्से दे विच है। चल भी नहीं कबड्डी बहुत ही सोहना मैच खेडिया जा रहा है। अगलिया दोहे टीम कित्थे ने, श्री गुरु हर राय क्लब डगरो, बाबा भगवान दास क्लब लंबे तार उन्हां दी टीम जिथे भी वाई नूं सुणदी, दूसरे पासे कांति प्रसाद उन्हां दा पिंड आ डगरो, गुरमीत उन्हां दा, आओ भोले उन्हां नूं बेनती करांगे जल्दी तो जल्दी आपो अपनियां टीमां लैके पुज्जण। सब प्लेयर जिवें जिवें इत्थे पुज रहे ने उसे तरह समय नूं मुख रख के इस ग्राउंड दे नाल जुड़ जाण, क्योंकि दर्शक वीर सवेर तो लैके बहुत ही प्यार दे नाल इस कबड्डी नूं तकन दे लई पुजे ने। आपां इन्हां दा वी धन्नवाद करांगे क्योंकि सारे रुझेवे रद्द कीते है। लाओ इक पासे सुखा है शूशक पेड़ वाला और दूसरे पासे मुंडा फिर भज्जन दे विच अपने आप नूं कामयाब करेगा जां नहीं करेगा, पर सुखा बड़े प्यार दे नाल गड़ारी दे नाल हौसले नाल पेश आ रहा है और बहुत सोहना पॉइंट जिहड़ा है इस नौजवान ने तलवंडी भाई दे हिस्से दे विच जोड़ दिता है। चल भी नौजवान पाक बड़ी। हाँ जी, हाँ जेडे इधरले पासे जितों खिडारी एंटर हुंदे आ जेडे वीर इत्थे खड़े आ प्लीज़ वो खिडारियों के वड़न वास्ते जगह छड़ देण तां कि जेडे खिडारी वो आसानी दे नाल इधर नूं आ जाण। जेडे वीर इत्थे ड्यूटी दे उत्ते आ प्लीज़ वो खिडारियों वास्ते राह जरूर बनाउण, फिर नहीं खिडारी होर पासे दी आउंदे आ उहनां नूं पता ही नहीं लगदा वी कित्थों दी एंटर करिए। हाँ जी सुखदेव सिंह जी, इत्थों जगह थोड़ी जी खाली करा दित्ती जावे। हाँ जी वीर जी, इधरले पासे लेंदे पासे अपने खिडारियों की एंट्री वास्ते जगह रखी हुई है, प्लीज उधर दी आया करो। सब खिडारी वीर ध्यान देन, लेंदे वाले पासे जिहड़ी जगह बड़ी है तुहाडी एंटर होने के लिए ग्राउंड दे विच, सो उत्थे टी शर्ट उतार के तुसी ग्राउंड दे विच आउणा है, एक खास करके ध्यान देना सारे खिडारियों ने। लाओ एक पासे हुण देखना भी आ नौजवान बहुत ही तकड़ी जिहड़ी है जाफ बनेगी इस गभरू दी आने वाले समय दे विच। लाओ मूहरे अड़िया नौजवान, कदे गुट फड़दा और कदे न्योके फैंट, बहुत ही वधिया तलवंडी भाई दे हिस्से दे विच नौजवान ने जोड़ दिता। चल भी गभरू आपां कबड्डी खेड मैदान दे विच, बहुत ही तकड़ा मैच जिहड़ा खेड मैदान दे विच
ਖੇਡਿਆ ਜਾ ਰਿਹਾ। ਦੂਸਰੇ ਪਾਸੇ ਫਰੀਦਕੋਟੀਏ ਪੂਰੀ ਤਿਆਰੀ ਦੇ ਵਿੱਚ ਨਹੀਂ ਹਨ ਔਰ ਪੁਆਇੰਟ ਜਿਹੜਾ ਇਸ ਵਕਤ ਹੀਰੇ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਮੈਚ ਸਮਾਪਤ ਹੈ ਜੀ। ਤਲਵੰਡੀ ਭਾਈ ਦੀ ਟੀਮ ਜੇਤੂ ਹੈ। ਆਓ ਜੀ ਜਲਦੀ ਤੋਂ ਜਲਦੀ ਅਗਲੀਆਂ ਟੀਮਾਂ ਸ੍ਰੀ ਗੁਰੂ ਹਰ ਰਾਏ ਕਲੱਬ ਡਗਰੂ ਤੇ ਬਾਬਾ ਭਗਵਾਨ ਦਾਸ ਕਲੱਬ ਲੰਡੀ। ਮਾਈਕ ਦੇ ਉੱਤੇ ਬੂਟਾ ਉਬਰੀਆਣਾ। ਹਾਂਜੀ, ਇੱਥੇ ਇੱਕ ਥੰਮਣ ਵਾਲੇ ਵੀਰ ਦਾ ਕੋਈ ਮੋਬਾਈਲ ਡਿੱਗਿਆ ਸੈਮਸੰਗ ਦਾ, ਉਹ ਚਾਲੂ ਹਾਲਤ ਦੇ ਵਿੱਚ ਆ, ਅੱਗੋਂ ਕੋਈ ਚੁੱਕ ਨਹੀਂ ਰਿਹਾ। ਜੇ ਕਿਸੇ ਵੀਰ ਨੂੰ ਉਹ ਲੱਭਾ ਤਾਂ ਪਲੀਜ਼ ਉਹ ਸਟੇਜ ਦੇ ਉੱਤੇ ਪਹੁੰਚਦਾ ਕਰ ਦੇਣਾ, ਕਿਉਂਕਿ ਉਹਦੇ ਉੱਤੇ ਜਿਹੜਾ ਹੈਗਾ ਟਰੈਕਰ ਲੱਗਾ ਹੋਇਆ, ਉਹ ਪਤਾ ਲੱਗ ਜਾਣਾ ਕਿਹਦੇ ਕੋਲ ਆ, ਫੇਰ ਨਾ ਕੋਈ ਕਹੇ ਵੀ ਕੋਈ ਪੁਲਿਸ ਕਾਰਵਾਈ ਹੋਈ ਆ। ਪਲੀਜ਼ ਜੇ ਕਿਸੇ ਨੂੰ ਲੱਭਾ ਤਾਂ ਸਾਡੇ ਕੋਲ ਪਹੁੰਚਦਾ ਕਰ ਦੇ ਜੀ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਮੋਗੇ ਜ਼ਿਲ੍ਹੇ ਦੀ ਬੋਕਲ ਦੇ ਵਿੱਚ ਵਸਿਆ ਹੋਇਆ ਪਿੰਡ ਖੁਖਰਾਣਾ, ਵੱਡਾ ਕਬੱਡੀ ਦਾ ਇਕੱਠ ਹੈ, ਜਿੰਨੇ ਵੀ ਦਰਸ਼ਕ ਵੀਰ ਪੁੱਜੇ ਹੈ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ। ਪੂਰੀ ਗ੍ਰਾਮ ਪੰਚਾਇਤ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਸਪੋਰਟਸ ਕਬੱਡੀ ਕਲੱਬ, ਸਾਰਿਆਂ ਨੂੰ ਵੱਡੀ ਮੁਬਾਰਕਬਾਦ ਹੈ। ਮੈਂ ਬੇਨਤੀ ਕਰਾਂਗਾ ਆਪਾਂ ਚੱਲਾਂਗੇ ਵਰਤਮਾਨ ਦੇ ਨਾਲ ਕਬੱਡੀ ਦੀ ਜਿਹੜੀ ਟੀਮ ਹੈ ਡਗਰੂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਜਾਵੇ ਜਲਦੀ ਨਾਲ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਮਾਲਾ ਖੁਰਦ ਤੇ ਭਾਈ ਦੇਸ਼ ਰਾਜ ਕਬੱਡੀ ਕਲੱਬ ਭਲੂਰ, ਡਰੋਲੀ ਭਾਈ ਤੇ ਫਰੀਦਕੋਟ ਬੀ, ਇਹ ਜਿਹੜੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਜਲਦੀ ਨਾਲ, ਕਿਉਂਕਿ ਸਮਾਂ ਕਾਫੀ ਹੋ ਚੁੱਕਾ ਤੇ ਟੀਮਾਂ ਮੈਂ ਦੇਖ ਰਿਹਾ ਵੀ ਕੋਈ ਚੰਗਾ ਰਿਸਪੋਂਸ ਨਹੀਂ ਦੇ ਰਹੀਆਂ। ਜਲਦੀ ਨਾਲ ਮੇਰੀ ਬੇਨਤੀ ਹੈ ਸ੍ਰੀ ਗੁਰੂ ਹਰ ਰਾਏ ਸਾਹਿਬ ਕਬੱਡੀ ਕਲੱਬ ਡਗਰੂ ਦੀ ਜਿਹੜੀ ਟੀਮ ਹੈ ਗਰਾਊਂਡ ਦੇ ਵਿੱਚ ਜਲਦੀ ਨਾਲ ਪੁੱਜ ਜਾਵੇ। ਉਹ ਵੀ ਟੀਮ ਪੁੱਜ ਚੁੱਕੀ ਹੈ, ਲੰਡੇ ਕਬੱਡੀ ਜਗਤ ਵਿੱਚ ਬਹੁਤ ਤਕੜਾ ਨਾਮ ਹੈ ਇਸ ਪਿੰਡ ਦਾ।